ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਸਭ ਦੀ ਖਬਰ ਲਏ, ਸਭ ਨੂੰ ਖਬਰ ਦੇ, ਜੋ ਸਾਡੇ ਨਾਲ ਵਾਪਰ ਰਿਹਾ ਹੈ, ਜੋ ਸਾਡੇ ਨਾਲ ਵਾਪਰਨਾ ਹੈ, ਜੋ ਸਾਡੇ ਨਾਲ ਵਾਪਰ ਚੁੱਕਾ ਹੈ, ਉਸ ਸਾਰਿਆਂ ਦੇ ਉੱਤੇ ਇੱਕ ਬਿਹੰਗਮ ਦ੍ਰਿਸ਼ਟੀ ਪਾਉਂਦਿਆਂ ਇਹ ਜੋ ਮੁੱਦਾ ਪ੍ਰੋਗਰਾਮ ਹੈ, ਇਹ ਆਪ ਦਾ ਆਪਣਾ ਪ੍ਰੋਗਰਾਮ ਹੈ। ਜਿਹੜੇ ਸਾਡੇ ਨਾਲ ਘਟਨਾਵਾਂ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਹਨ, ਉਹ ਸਾਡੇ ਜੀਵਨ ਦਾ ਇੱਕ ਬਹੁਤ ਅਹਿਮ ਹਿੱਸਾ ਹਨ। ਜਸ ਪੰਜਾਬੀ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਘਟਨਾਵਾਂ ਦੇ ਨਾਲ ਆਪ ਨੂੰ ਰੂਬਰੂ ਕਰਾਉਣਾ, ਇਹ ਸਾਡਾ ਮਕਸਦ ਹੈ। ਜਿਹੜੀਆਂ ਸੁਰਖੀਆਂ ਅੱਜ ਦੀਆਂ ਹਨ, ਉਹਨਾਂ ਦੇ ਵਿੱਚੋਂ ਕੁਛ ਅਹਿਮ ਸੁਰਖੀਆਂ ਦੀ ਪਹਿਲਾਂ ਅਸੀਂ ਗੱਲ ਕਰਾਂਗੇ, ਫਿਰ ਅਸੀਂ ਇੱਕ ਬਹੁਤ ਹੀ ਅਹਿਮ ਮੁੱਦਾ ਜੋ ਕਿ ਇੱਥੋਂ ਬੈਠੇ ਲੋਕ, ਇੱਥੇ ਵੱਸ ਰਹੇ ਲੋਕ ਉਸਨੂੰ ਬਹੁਤ ਆਸਾਨੀ ਨਾਲ ਸਮਝ ਸਕਦੇ ਹਨ, ਪਰ ਪੰਜਾਬ ਦੇ ਵਿੱਚ ਰਹਿੰਦਿਆਂ ਥੋੜ੍ਹੀ ਥੋੜ੍ਹੀ ਚੇਤਨਤਾ ਉਸ ਪਾਸੇ ਆਈ ਹੈ। ਉਹ ਹੈ ਵਾਤਾਵਰਣ ਦੀ, ਵਾਤਾਵਰਣ ਦੀ ਸੰਭਾਲ ਦੀ, ਆਪਣੇ ਆਲੇ ਦੁਆਲੇ ਨੂੰ ਸਵੱਛ ਰੱਖਣ ਦੀ। ਉਸ ਦੇ ਬਾਰੇ ਸਾਡੀ ਕੋਸ਼ਿਸ਼ ਹੋਏਗੀ ਕਿ ਵਾਤਾਵਰਣ ਪ੍ਰੇਮੀ ਵਾਤਾਵਰਣ ਨੂੰ ਇੱਕ ਮਿਸ਼ਨ ਦੇ ਤੌਰ ਦੇ ਉੱਤੇ ਇੱਕ ਬਹੁਤ ਸਿਖਰ ਤੱਕ, ਬੁਲੰਦੀਆਂ ਤੱਕ ਲਿਜਾਣ ਵਾਲੇ ਜਲੰਧਰ ਦੇ ਦੁਆਬੇ ਦੇ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ, ਜਿਨ੍ਹਾਂ ਨੇ ਇਤਿਹਾਸਕ ਕਾਲੀ ਬੇਈ ਨਦੀ, ਜਿਸ ਨੂੰ ਗੁਰੂ ਨਾਨਕ ਸਾਹਿਬ ਦੀ ਛੋਹ ਪ੍ਰਾਪਤ ਸੀ, ਉਸ ਨਦੀ ਦਾ ਕਾਇਆ ਕਲਪ ਕੀਤਾ। ਸਾਡੀ ਕੋਸ਼ਿਸ਼ ਹੋਏਗੀ ਜੇਕਰ ਅਸੀਂ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰ ਸਕੀਏ। ਜਿਹੜੀ ਸਭ ਤੋਂ ਵੱਡੀ ਸੁਰਖੀ, ਔਰ ਸਹੀ ਮਾਇਨੇ ਦੇ ਵਿੱਚ ਸ਼ਾਇਦ ਰਾਜਨੀਤੀ ਚੱਲਦੀ ਹੀ ਇਸੇ ਤਰ੍ਹਾਂ ਹੈ। ਇਹ ਰਾਜਨੀਤੀ ਦੀ ਗੱਡੀ ਦੇ ਪਹੀਏ ਲੜਖੜਾਉਂਦੇ ਹੋਏ, ਆਪਣੇ ਐਕਸਲ ਤੋਂ ਕਦੀ ਅੰਦਰ ਕਦੀ ਬਾਹਰ ਜਾਂਦੇ ਹੋਏ, ਇਹ ਆਪਣੇ ਵੇਗ ਨਾਲ, ਆਪਣੀ ਚਾਲ ਨਾਲ, ਆਪਣੀ ਮਤਵਾਲੀ ਚਾਲ ਨਾਲ ਤੁਰਦੀ ਆ ਰਹੀ ਹੈ। ਭਾਵੇਂ ਪੰਜਾਬ ਦੀ ਸਰਕਾਰ ਚਲਾ ਰਹੀ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਇਹ ਵਿਸ਼ਵਾਸ ਦਵਾਇਆ, ਇੱਕ ਕਿਸਮ ਦਾ ਪਵਿੱਤਰ ਹਲਫਨਾਮਾ ਦਿੱਤਾ ਹੈ ਕਿ ਉਹਨਾਂ ਨੂੰ ਇਹਨਾਂ ਦੀ ਸਪੋਰਟ ਅਨਕੰਡੀਸ਼ਨਲ ਹੋਏਗੀ। ਜਦੋਂ ਵੀ ਅਕਾਲੀ ਦਲ ਔਰ BJP ਦਾ ਆਪਸ ਵਿੱਚ ਸਮਝੌਤਾ ਹੁੰਦਾ ਹੈ ਤਾਂ ਅਕਾਲੀ ਦਲ ਵੱਲੋਂ ਇਹ ਕਿਹਾ ਗਿਆ ਕਿ ਸਾਡੀ ਸਪੋਰਟ ਤੁਹਾਨੂੰ, ਸਾਡੀ BJP ਨੂੰ ਮਦਦ, ਇਮਦਾਦ ਉਹ ਅਨਕੰਡੀਸ਼ਨਲ ਹੋਏਗੀ, ਬਿਨਾਂ ਸ਼ਰਤ ਹੋਏਗੀ। ਪਰ ਇਹ ਟ੍ਰੈਫਿਕ ਇੱਕ ਤਰਫਾ ਹੁੰਦਾ ਹੈ, BJP ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਤਰ੍ਹਾਂ ਨਹੀਂ ਹੁੰਦਾ। ਉਹ ਹਮੇਸ਼ਾ ਸ਼ਰਤਾਂ ਦੇ ਉੱਤੇ ਆਧਾਰਿਤ ਹੁੰਦਾ ਹੈ, ਉਹ ਆਪਣੀ ਮਦਦ ਦੀ ਪੂਰੀ ਕੀਮਤ ਵਸੂਲ ਕਰਦੀਆਂ ਹਨ। ਹੁਣ ਮਸਲਾ ਸੀ ਸਬਸਿਡੀ ਦਾ, ਸਬਸਿਡੀ ਬਿਜਲੀ ਦਰਾਂ ਦੀ। ਪਹਿਲੇ ਹੀ ਪੰਜਾਬ ਦੀ ਸਰਕਾਰ 3100 ਕਰੋੜ ਰੁਪਏ ਦੀ ਸਬਸਿਡੀ ਬਿਜਲੀ ਬੋਰਡ ਨੂੰ ਦੇ ਰਹੀ ਸੀ। ਪਿੱਛੇ ਜੇ ਉਹਨਾਂ ਨੇ ਬਿਜਲੀ ਦਰਾਂ ਦੇ ਵਿੱਚ ਕੁਛ ਵਾਧਾ ਕੀਤਾ, ਜੋ ਕਰਨਾ ਪਿਆ, ਪਰ ਇਸ ਵਾਧੇ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਨੇ ਬਹੁਤ ਸਖਤ ਸਟੈਂਡ ਲੈਂਦਿਆਂ ਬਾਦਲ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਉਹ ਸਰਕਾਰ ਤੋਂ ਬਾਹਰ ਆ ਜਾਣਗੇ ਜੇਕਰ ਇਹ ਵਧਾਈਆਂ ਹੋਈਆਂ ਦਰਾਂ ਵਾਪਸ ਨਹੀਂ ਕੀਤੀਆਂ ਗਈਆਂ। ਔਰ ਵਾਕਈ ਹੀ ਲੱਗ ਰਿਹਾ ਸੀ ਕਿ ਇਹ ਸ਼ਾਇਦ ਇਹ ਗੱਠਜੋੜ ਟੁੱਟਣ ਦੀ ਕਗਾਰ ਦੇ ਉੱਤੇ ਆ ਗਿਆ, ਔਰ ਇਹ ਜਿਹੜੀ ਬਾਹਰ ਜਾਣ ਦੀ ਗੱਲ ਜਾਂ ਧਮਕੀ ਕੋਈ ਨਿਰੀ ਧਮਕੀ ਨਹੀਂ, ਕਿਉਂਕਿ ਇਸ ਤੋਂ ਪਹਿਲਾਂ ਵੀ ਭਾਰਤੀ ਜਨਤਾ ਪਾਰਟੀ 1969 ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਸੀ, ਸਿਰਫ ਇਸ ਮੁੱਦੇ ਦੇ ਉੱਤੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਦੁਆਬੇ ਦੇ ਕਾਲਜ ਨਹੀਂ ਆਉਣੇ ਚਾਹੀਦੇ, ਇਸ ਮੁੱਦੇ ਦੇ ਉੱਤੇ ਉਹ ਸਰਕਾਰ ਤੋਂ ਬਾਹਰ ਆ ਗਏ ਸਨ। ਸੋ ਇਸ ਵਾਰ
ਇਹ ਖਤਰਾ ਬਹੁਤ ਗੰਭੀਰ ਸੀ। ਕਾਫੀ ਦੇਰ ਮੀਟਿੰਗਾਂ ਚੱਲੀਆਂ। ਅੱਜ ਰਾਤ ਨੂੰ, ਪਿਛਲੀ ਬੀਤੀ ਰਾਤ ਨੂੰ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰ ਸੁਖਬੀਰ ਸਿੰਘ ਬਾਦਲ, ਸਰ ਸੁਖਦੇਵ ਸਿੰਘ ਢੀਂਡਸਾ, ਅਰੁਣ ਜੇਤਲੀ, ਸ਼੍ਰੀ ਮਨੋਰੰਜਨ ਕਾਲੀਆ, ਬਲਬੀਰ ਪੁੰਜ, ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਫੈਸਲਾ ਕੀਤਾ ਕਿ ਜਿਹੜੀਆਂ ਘਰੇਲੂ ਦਰਾਂ ਵਧਾਈਆਂ ਗਈਆਂ ਹਨ ਉਹ ਪੂਰੀਆਂ ਵਾਪਸ ਲਈਆਂ ਜਾਣਗੀਆਂ। ਜੋ ਇੰਡਸਟਰੀਅਲ ਸੈਕਟਰ ਅਤੇ ਵਪਾਰਕ ਸੈਕਟਰ ਦੀਆਂ ਜਿਹੜੀਆਂ 6 ਮਹੀਨੇ ਦੀਆਂ ਸੋਧੀਆਂ ਹੋਈਆਂ ਵਧਾਈਆਂ ਹੋਈਆਂ ਦਰਾਂ ਸੀ, ਉਹਨਾਂ ਦੇ ਵਿੱਚ ਅੱਧਾ ਜੋ ਹੈ ਉਹ ਸਬਸਿਡੀ ਦਿੱਤੀ ਜਾਏਗੀ, ਉਹ ਛੋਟ ਦਿੱਤੀ ਜਾਏਗੀ। ਔਰ ਇਸ ਤਰੀਕੇ ਦੇ ਨਾਲ 500 ਕਰੋੜ ਰੁਪਏ ਦਾ ਇਹ ਸਬਸਿਡੀ ਦੇ ਉੱਤੇ ਹੋਰ ਭਾਰ ਪਏਗਾ, ਜਿਹੜਾ ਪੰਜਾਬ ਸਰਕਾਰ ਦੇ ਉੱਤੇ ਭਾਰ ਪਏਗਾ। ਪਹਿਲਾਂ ਹੀ ਪੰਜਾਬ ਸਰਕਾਰ ਮਾਲੀ ਸੰਕਟ ਦੇ ਵਿੱਚੋਂ ਲੰਘ ਰਹੀ ਸੀ, ਪਰ ਇਹ ਜੋ ਬੋਝ ਇੱਕਦਮ ਆ ਪਿਆ ਤਾਂ ਇਹ ਸਰਕਾਰ ਦਾ ਫੈਸਲਾ ਹੈ, ਸਰਕਾਰ ਕਰ ਸਕਦੀ ਹੈ, ਇਸ ਵਿੱਚ ਕੋਈ ਇਤਰਾਜ਼ ਨਹੀਂ। ਪਰ ਜਿਹੜੀ ਇਸ ਸਾਰੀ ਖਬਰ ਦੇ ਵਿੱਚੋਂ ਬਹੁਤ ਹੀ ਇੱਕ ਹਾਸੋਹੀਣੀ ਜਿਹੀ ਸਥਿਤੀ ਨਿਕਲ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਇਸ ਸਾਰੀ ਕਵਾਇਦ ਦੇ ਵਿੱਚ, ਇਸ ਸਾਰੀ ਗੱਲਬਾਤ ਦੇ ਵਿੱਚ ਫਾਈਨੈਂਸ ਮਿਨਿਸਟਰ ਪੰਜਾਬ ਦੇ ਮਨਪ੍ਰੀਤ ਸਿੰਘ ਬਾਦਲ, ਉਹ ਉਸ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਏ। ਉਹਨਾਂ ਨੂੰ ਪਤਾ ਵੀ ਨਹੀਂ ਸੀ। ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਜਾਂ ਤੁਹਾਡਾ ਇਸ ਦੇ ਬਾਰੇ ਕੀ ਪ੍ਰਤੀਕਰਮ ਹੈ, ਤਾਂ ਉਹਨਾਂ ਨੇ ਤਾਂ ਕਿਹਾ ਮੈਨੂੰ ਇਸ ਗੱਲ ਦਾ ਪਤਾ ਵੀ ਨਹੀਂ ਕਿ ਇਹ ਫੈਸਲਾ ਕੀਤਾ ਗਿਆ। ਇਹ ਰਾਜਨੀਤੀ ਦੀ ਗੱਡੀ ਦੀ ਤੋਰ ਸ਼ਾਇਦ ਇਸੇ ਤਰ੍ਹਾਂ ਚੱਲਦੀ ਹੈ। ਮਨਪ੍ਰੀਤ ਸਿੰਘ ਬਾਦਲ, ਫਾਈਨੈਂਸ ਮਿਨਿਸਟਰ, ਨੇ ਕਿਹਾ ਮੈਂ ਤਾਂ ਇਸ ਗੱਲ 'ਤੇ ਪਰੇਸ਼ਾਨ ਹਾਂ ਕਿ ਇਹ ਖਰਚਾ ਪੂਰਾ ਕਿੱਥੋਂ ਹੋਏਗਾ, ਇਹ ਖਸਾਰਾ, ਇਹ ਜੋ ਘਾਟਾ ਹੈ ਇਹ ਕਿੱਦਾਂ ਪੂਰਾ ਕੀਤਾ ਜਾਏਗਾ। ਸੋ ਇੱਕ ਇਹ ਅੱਜ ਦੀ ਖਬਰ ਸੀ, ਔਰ ਜਿਸ ਦੀ ਟਣਕਾਰ, ਜਿਸ ਦਾ ਪ੍ਰਤੀਕਰਮ ਆਉਣ ਵਾਲੇ ਸਮੇਂ ਤੱਕ ਔਰ ਆਉਣ ਵਾਲੀ ਰਾਜਨੀਤੀ ਤੱਕ ਇਸ ਦਾ ਪ੍ਰਭਾਵ ਵੇਖਿਆ ਜਾਏਗਾ। ਦੂਸਰੀ ਖਬਰ, ਪੰਜਾਬ ਦੀਆਂ ਜੇਲ੍ਹਾਂ ਦਾ ਆਧੁਨਿਕੀਕਰਨ ਕੀਤਾ ਜਾਏਗਾ। ਪੰਜਾਬ ਦੀ ਜੇਲ੍ਹਾਂ ਦੀ ਜੋ ਸਥਿਤੀ ਹੈ, ਹਾਲਾਂ ਜੇ ਸਾਰੇ ਦੇਸ਼ ਦੀ ਹਾਲਤ ਲਈ ਜਾਏ ਤਾਂ ਉਸ ਤੋਂ ਤਾਂ ਕਾਫੀ ਬਿਹਤਰ ਹੈ, ਪਰ ਸਰਦਾਰ ਹੀਰਾ ਸਿੰਘ ਗਾਬੜੀਆ ਜੋ ਵਿਭਾਗ ਦੇ ਮੰਤਰੀ ਹਨ, ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਇਸ ਦਾ ਆਧੁਨਿਕੀਕਰਨ ਕੀਤਾ ਜਾਏਗਾ। ਯਾਦ ਹੈ ਇੱਕ ਵਾਰ ਅਕਾਲੀ ਮੋਰਚੇ ਦੇ ਦੌਰਾਨ ਜਦੋਂ ਮੋਰਚਾ ਚੱਲ ਰਿਹਾ ਸੀ ਤਾਂ ਉਸ ਵੇਲੇ ਅਕਾਲੀ ਜਥੇ ਜੇਲ੍ਹਾਂ ਦੇ ਵਿੱਚ ਸਨ, ਤਾਂ ਕੁਛ ਉਹਨਾਂ ਜਥੇ ਦੇ ਵਿੱਚੋਂ ਉਹ ਜਿਹੜੇ ਮੋਰਚੇ ਦੇ ਵਿੱਚ ਹਿੱਸਾ ਲੈ ਰਹੇ ਸਨ, ਉਹਨਾਂ ਨੇ ਜੇਲ੍ਹ ਦੇ ਪੱਖਿਆਂ ਦਾ ਅਤੇ ਕੁਛ ਬਿਜਲੀ ਦੇ ਬਲਬਾਂ ਦਾ ਕੁਛ ਨੁਕਸਾਨ ਕੀਤਾ, ਤਾਂ ਜਥੇਦਾਰ ਨੇ ਉਹਨਾਂ ਨੂੰ ਝਿੜਕਦਿਆਂ ਕਿਹਾ ਸੀ ਇਹ ਜੇਲ੍ਹ ਤੁਹਾਡੀ ਆਪਣੀ ਹੈ, ਤੁਸੀਂ ਇਸ ਦਾ ਨੁਕਸਾਨ ਨਾ ਕਰੋ, ਤੁਹਾਨੂੰ ਮੁੜ ਫਿਰ ਇੱਥੇ ਵਾਪਸ ਆਉਣਾ ਪੈਣਾ ਹੈ। ਸੋ ਜੇਲ੍ਹਾਂ ਦੇ ਨਾਲ ਅਕਾਲੀਆਂ ਦਾ ਪੁਰਾਣਾ ਰਿਸ਼ਤਾ ਹੈ, ਔਰ ਇਸ ਕਰਕੇ ਜੇਕਰ ਇਹ ਜੇਲ੍ਹਾਂ ਦੀ ਆਧੁਨਿਕੀਕਰਨ ਦੀ ਗੱਲ ਕੀਤੀ ਗਈ ਹੈ ਤਾਂ ਇਸ ਨੂੰ ਇੱਕ ਸਵਾਗਤਯੋਗ ਕਦਮ ਹੀ ਕਿਹਾ ਜਾ ਸਕਦਾ ਹੈ, ਜੋ ਆਪਣੇ ਲਈ ਆਪਣੇ ਵੱਲੋਂ ਕੀਤਾ ਗਿਆ ਕਦਮ ਕਿਹਾ ਜਾਏ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਤੀਸਰੀ ਇੱਕ ਹੋਰ ਖਬਰ ਜੋ ਕਾਫੀ ਦੇਰ ਦੀ ਸੁਰਖੀ ਬਣਦੀ ਜਾ ਰਹੀ ਹੈ, ਉਹ ਹੈੱਡਲਾਈਨ ਤੋਂ ਥੱਲੇ ਨਹੀਂ ਆ ਰਹੀ, ਉਹ ਹੈ ਰੁਚਿਕਾ ਕਾਂਡ ਦੀ, ਜਿਸ ਨੂੰ ਆਤਮ ਹੱਤਿਆ ਕਰਨੀ ਪਈ, ਔਰ ਉਸ ਦੇ ਵਿੱਚ DGP ਰਾਠੌਰ, ਉਸਦੇ ਮੈਡਲ, ਪੁਲਿਸ ਮੈਡਲ, ਗੈਲੰਟਰੀ ਅਵਾਰਡ, ਜੋ ਬਹਾਦਰੀ ਦੇ ਤਮਗੇ ਸਨ, ਉਹ ਸਰਕਾਰ ਨੇ ਵਾਪਸ ਲੈ ਲਏ। ਸਰਕਾਰ ਵੱਲੋਂ ਗਠਿਤ ਕੀਤੀ ਗਈ ਪੁਲਿਸ ਅਵਾਰਡਸ ਰਿਕਮੈਂਡੇਸ਼ਨ ਕਮੇਟੀ ਨੇ ਇੱਕ ਨਿਰਣਾ ਲਿਆ ਹੈ ਕਿ ਕੋਈ ਵੀ ਪੁਲਿਸ ਅਧਿਕਾਰੀ ਜੇਕਰ ਉਹ ਕਿਸੇ ਮੋਰਲ ਟਰਪੀਚਿਊਡ ਐਕਟ, ਯਾਨੀ ਜੇਕਰ ਉਹ ਕਿਸੇ ਇਖਲਾਕੀ ਮੁਜਰਮ ਅਗਰ ਉਹ ਗਰਦਾਨਿਆ ਜਾਂਦਾ, ਜਾਂ ਇਖਲਾਕੀ ਜੁਰਮ ਜਾਂ ਇਖਲਾਕ ਦੀ ਇਖਲਾਕਹੀਣਤਾ ਦਾ ਉਸ ਦੇ ਉੱਤੇ ਕੋਈ ਦੋਸ਼ ਆਇਦ ਹੁੰਦਾ ਹੈ, ਜਾਂ ਜਿਸ ਦੇ ਕਰਕੇ ਪੁਲਿਸ ਦੀ ਛਵੀ ਜਾਂ ਪੁਲਿਸ ਦਾ ਰੂਪ ਅਗਰ ਬਦਨਾਮ ਹੁੰਦਾ ਹੈ,
ਤਾਂ ਉਸ ਦਾ ਪੁਲਿਸ ਦੇ ਚਿਹਰੇ 'ਤੇ ਜ਼ੌਕ ਆਉਂਦੀ ਹੈ ਤਾਂ ਉਸ ਦਾ ਮੈਡਲ ਵਾਪਸ ਲਿਆ ਜਾਏਗਾ। ਇਸ ਗੱਲ ਦੇ ਉੱਤੇ ਜਦੋਂ ਉਹਨਾਂ ਦਾ ਮੈਡਲ ਵਾਪਸ ਲੈ ਲਿਆ ਗਿਆ ਤਾਂ ਪੰਜਾਬ ਦੇ ਰਹਿ ਚੁੱਕੇ DGP KPS ਗਿੱਲ, ਜਿਨ੍ਹਾਂ ਦੇ ਉੱਤੇ ਖੁਦ ਵੀ ਇਸੇ ਤਰ੍ਹਾਂ ਦੀ ਛੇੜਛਾੜ ਦਾ ਇੱਕ ਮੁਕੱਦਮਾ ਚੱਲਿਆ ਸੀ ਔਰ ਉਹਨਾਂ ਨੂੰ ਸਜ਼ਾ ਵੀ ਹੋਈ ਸੀ, ਪਰ ਉਹ ਸਜ਼ਾ ਬਾਅਦ ਵਿੱਚ ਇੱਕ ਜੁਰਮਾਨੇ ਦੇ ਰੂਪ ਵਿੱਚ ਬਦਲੀ ਹੋਈ ਸੀ। ਉਹਨਾਂ ਨੇ ਇਹ ਕਿਹਾ ਬੜੀ ਸਖਤੀ ਨਾਲ ਕਿ ਇਹ ਕਾਰਵਾਈ ਗਲਤ ਹੈ, ਇਹ ਮੈਡਲ ਵਾਪਸ ਨਹੀਂ ਲਏ ਜਾਣੇ ਚਾਹੀਦੇ, ਸਿਰਫ ਉਸ ਹਾਲਤ ਵਿੱਚ ਮੈਡਲ ਵਾਪਸ ਲੈਣੇ ਚਾਹੀਦੇ ਹਨ ਜੇਕਰ ਅਗਰ ਪੁਲਿਸ ਅਫਸਰ ਨੇ ਜਾਂ ਪੁਲਿਸ ਕਰਮਚਾਰੀ ਨੇ ਦੇਸ਼ ਦਰੋਹ ਦੀ ਕੋਈ ਕਾਰਵਾਈ ਕੀਤੀ ਹੋਏ ਜਾਂ ਜਿਸ ਦੇ ਉੱਤੇ ਕੋਈ ਇੰਟਰਨੈਸ਼ਨਲ ਮਾਮਲੇ ਦੇ ਉੱਤੇ ਕੋਈ ਵੱਡਾ ਕੇਸ ਚੱਲਿਆ ਹੋਏ। ਨਹੀਂ ਤਾਂ ਇਸ ਤਰ੍ਹਾਂ ਦੇ ਉੱਤੇ ਮੈਡਲ ਵਾਪਸ ਨਹੀਂ ਲੈ ਜਾਣੇ ਚਾਹੀਦੇ। ਇਸ ਗੱਲ ਦੇ ਵਿੱਚ ਸ਼ਾਮਿਲ ਹੁੰਦਿਆਂ ਸਰਦਾਰਨੀ ਖਾਲੜਾ ਨੇ ਵੀ ਕਿਹਾ ਹੈ ਕਿ KPS ਗਿੱਲ ਦੇ ਮੈਡਲ ਵੀ ਉਸੇ ਬਿਨਾਂ 'ਤੇ ਵਾਪਸ ਲਏ ਜਾਣ ਜਿਸ ਬਿਨਾਂ ਦੇ ਉੱਤੇ ਰਾਠੌੜ ਦੇ ਮੈਡਲ ਵਾਪਸ ਲਏ ਜਾਂਦੇ। ਇਹ ਕਿਤਨੀ ਤ੍ਰਾਸਦੀ ਹੈ, ਟ੍ਰੈਜਡੀ ਹੈ ਸਾਡੇ ਸੱਭਿਅ ਸਮਾਜ ਦੇ ਉੱਤੇ। ਰੋਜ਼ ਹੀ ਅਖਬਾਰਾਂ ਦੇ ਵਿੱਚ, TV ਦੇ ਮੀਡੀਆ ਦੇ ਵਿੱਚ ਕੋਈ ਨਾ ਕੋਈ ਖਬਰ, ਅੱਜ ਵੀ TV ਚੈਨਲ ਦੇ ਉੱਤੇ ਵਾਰ ਵਾਰ ਇਸ ਤਰ੍ਹਾਂ ਦੀ ਖਬਰ ਆ ਰਹੀ ਹੈ ਕਿ ਥਾਣੇ ਦੇ ਵਿੱਚ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਕੋਈ ਹਰਕਤ ਕੀਤੀ ਗਈ। ਸੋ ਇੱਕ ਗੱਲ ਯਾਦ ਆਉਂਦੀ ਹੈ, ਹਿੰਦੀ ਦੇ ਵਿਅੰਗਕਾਰ ਸ਼ਰਦ ਜੋਸ਼ੀ ਨੂੰ ਉਸਨੇ ਇੱਕ ਵਾਰ ਕਮੈਂਟ ਦਿੱਤੇ ਸੀ ਕਿ ਇੱਕ ਵਾਰ ਪੁਲਿਸ ਅਫਸਰ ਬੜਾ ਨਿੰਮੋ ਚੂਣਾ ਘਰ ਵਾਪਸ ਆਇਆ ਤਾਂ ਉਸਦੀ ਵਹੁਟੀ ਪੁੱਛਣ ਲੱਗੀ ਕਿ ਇਹ ਬਲਾਤਕਾਰ ਕਿਆ ਹੁੰਦਾ ਹੈ। ਉਸ ਪੁਲਿਸ ਅਫਸਰ ਨੇ ਬੜੇ ਨਿੰਮੋ ਚੂਣੇ ਹੋ ਕੇ ਕਿਹਾ, ਕਹਿਣ ਲੱਗਾ, ਵਰਦੀ ਮੇਂ ਨਹੀਂ ਹੋ, ਨਹੀਂ ਤੋ ਬਤਾ ਦਿੱਤਾ ਇਹ ਕਿਆ ਹੁੰਦਾ ਹੈ। ਸੋ ਰੱਬ ਮਿਹਰ ਕਰੇ, ਅਸੀਂ ਜਿਹੜੀਆਂ ਸੱਭਿਅਤਾ ਵੱਲ, ਜਿਸ ਸੱਭਿਅ ਸਮਾਜ ਦੀ ਅਸੀਂ ਕਲਪਨਾ ਕਰ ਰਹੇ ਹਾਂ, ਜਿਹੜੇ ਮੁੱਢਲੇ ਹਕੂਕਾਂ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜੇ ਸੰਵਿਧਾਨ ਦੀ ਅਸੀਂ ਗੱਲ ਕਰਦੇ ਹਾਂ, ਜਿਹੜੇ ਸਾਡੇ ਬੁਨਿਆਦੀ ਹੱਕ ਹਨ ਉਹਨਾਂ ਦੀ ਗੱਲ ਕਰਦੇ ਹਾਂ, ਇਹ ਇੱਕ ਵਿਸ਼ਾ ਬਹੁਤ ਗੰਭੀਰ ਹੈ ਔਰ ਸਰਕਾਰ ਔਰ ਸਾਡੇ ਜਿਹੜੇ ਵੀ ਆਗੂ ਹਨ, ਜਿਹੜੀ ਸਾਡੀ ਲੀਡਰਸ਼ਿਪ ਹੈ, ਇਸ ਮਸਲੇ ਵੱਲ ਉਹਨਾਂ ਦਾ ਧਿਆਨ ਦੇਣਾ ਬਹੁਤ ਹੀ ਲਾਜ਼ਮੀ ਹੈ। ਸੋ ਇਹ ਸੁਰਖੀਆਂ ਸਨ ਜਿਹੜੀਆਂ ਮੁੱਢਲੀਆਂ। ਬਾਕੀ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ, ਅਸੀਂ ਜੇ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨੂੰ ਲੈ ਸਕੀਏ ਤਾਂ ਕਿ ਸਾਡਾ ਵਾਤਾਵਰਣ ਪ੍ਰਤੀ, ਗੁਰੂ ਨਾਨਕ ਸਾਹਿਬ ਦੀ ਛੋਹ ਪ੍ਰਾਪਤ ਉਸ ਪਾਵਨ ਵੇਈ ਨਦੀ ਦੇ ਪ੍ਰਤੀ ਅਸੀਂ ਕੁਝ ਜਾਗਰੂਕ ਹੋ ਸਕੀਏ। ਜਿਹੜੇ ਪਾਣੀ ਹਨ ਉਹ ਸਾਡੀ ਜਾਨ ਹਨ, ਉਹ ਇੱਕ ਸਾਡੀ ਲਾਈਫ ਲਾਈਨ ਹਨ, ਪਰ ਜੋ ਹਾਲਤ ਨਦੀਆਂ ਦੀ ਹੋ ਚੁੱਕੀ ਹੈ ਉਹ ਨਦੀ ਨਜ਼ਰ ਹੀ ਨਹੀਂ ਆਉਂਦੀ, ਨਦੀਆਂ ਨਜ਼ਰ ਹੀ ਨਹੀਂ ਆਉਂਦੀਆਂ। ਸੋ ਇੱਕ ਛੋਟਾ ਜਿਹਾ ਬ੍ਰੇਕ, ਉਸ ਤੋਂ ਬਾਅਦ ਅਸੀਂ ਮੁੜ ਆਪ ਪਾਸ ਹਾਜ਼ਰ ਹੋਵਾਂਗੇ। ਬ੍ਰੇਕ ਤੋਂ ਬਾਅਦ ਮੁੱਦਾ ਵਿੱਚ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅੱਜ ਸਾਡੀ ਖੁਸ਼ਕਿਸਮਤੀ ਹੈ ਕਿ ਸਾਡਾ ਲਾਈਨ ਦੇ ਉੱਤੇ ਸਾਡਾ ਸੰਪਰਕ ਸਥਾਪਿਤ ਹੋ ਚੁੱਕਾ ਹੈ, ਜੋ ਕਾਇਆ ਕਲਪ ਕਰ ਦਿੱਤੀ ਹੈ ਵਾਤਾਵਰਣ ਦੀ ਪੰਜਾਬ ਦੇ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨੇ, ਉਹ ਉਸਦੀ ਕੋਈ ਮਿਸਾਲ ਸ਼ਾਇਦ ਹੋਰ ਕਿਧਰੇ ਨਹੀਂ ਮਿਲਦੀ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਨੂੰ, ਅਸੀਂ ਬਹੁਤ ਖੁਸ਼ਕਿਸਮਤੀ ਮਹਿਸੂਸ ਕਰ ਰਹੇ ਹਾਂ, ਖੁਸ਼ਕਿਸਮਤ ਹਾਂ ਕਿ ਆਪ ਜੀ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਵਾਤਾਵਰਣ ਦੀ ਗੱਲ ਸਾਨੂੰ ਗੁਰਬਾਣੀ ਨੇ ਵੀ ਦੱਸੀ, ਪਵਣ ਗੁਰੂ ਪਾਣੀ ਪਿਤਾ, ਪਹਿਲਾ ਪਾਣੀ ਜਿਉ ਹੈ ਜਾਂ ਸੁੱਚ ਹੋਵੇ ਤਾਂ ਸੱਚ ਪਾਈਏ, ਅਸੀਂ ਇੱਕ ਚੀਜ਼ ਵੇਖਦੇ ਹਾਂ ਕਿ ਇੱਥੇ ਬਾਹਰ ਯੂਰਪ ਦੇ ਵਿੱਚ, ਅਮੈਰੀਕਾ 'ਚ, ਹੋਰ ਮੁਲਕਾਂ ਦੇ ਵਿੱਚ ਇੱਥੇ ਵੀ ਨਦੀਆਂ ਹਨ, ਪਰ ਇਹ ਲੋਕ ਨਦੀਆਂ ਦੀ ਪੂਜਾ ਨਹੀਂ ਕਰਦੇ, ਨਦੀਆਂ ਦੀ ਪਵਿੱਤਰਤਾ ਉਸ ਤਰ੍ਹਾਂ ਨਹੀਂ ਮੰਨਦੇ, ਪਰ ਇਹ ਨਦੀਆਂ ਨੂੰ ਸਾਫ਼ ਰੱਖਦੇ ਹਨ, ਗੰਦ ਨਹੀਂ ਪਾਉਂਦੇ, ਉਹਨਾਂ ਦੇ ਵਿੱਚ ਕੋਈ ਚੀਜ਼ ਐਸੀ ਬਾਹਰ ਦੀ ਨਹੀਂ ਪਾਉਂਦੇ, ਪਰ ਇਹ ਕੀ ਕਾਰਨ ਹੈ ਮੁੱਢਲਾ ਕਿ ਜਿਹੜੇ ਜਿਹੜੀ ਪੰਜਾਬ ਔਰ ਖਾਸ ਕਰਕੇ ਹਿੰਦੁਸਤਾਨ, ਜਿਹੜੇ
ਗੰਗਾ ਨੂੰ ਗੰਗਾ ਮਈਆ ਵੀ ਕਹਿੰਦੇ ਹਨ, ਜਿਹੜੇ ਉਹਨੂੰ ਪਾਣੀ ਦੀ ਪੂਜਾ ਕਰਦੇ ਹਨ, ਉਸ ਨੂੰ ਇਤਨਾ ਕੁਛ ਕਰਦੇ ਹਨ, ਪਰ ਜੋ ਗੰਧ ਸਾਰੇ ਦੁਨੀਆਂ ਦਾ ਗੰਧ ਹੈ, ਘਰ ਦਾ ਗੰਧ ਹੈ, ਜੋ ਗੰਦੀ ਤੋਂ ਗੰਦੀ ਚੀਜ਼ ਹੈ, ਉਹ ਉਸਦੇ ਵਿੱਚ ਪਾਉਂਦੇ, ਇਹਦੇ 'ਚ ਮੁੱਢਲਾ ਕਾਰਨ ਕੀ ਹੈ? ਇਹਦਾ ਕਾਰਨ ਇਹੀ ਹੈ ਕਿ ਸਾਡੇ ਅੰਦਰ ਜਾਗਰੂਕਤਾ ਦੀ ਘਾਟ ਆ, ਕਿਉਂਕਿ ਪਹਿਲਾਂ ਸਾਡੇ ਬਜ਼ੁਰਗ ਜਿਹੜੇ ਸੀਗੇ, ਅੱਜ ਤੋਂ 50 ਸਾਲ ਪਹਿਲਾਂ ਸਾਰੇ ਵਿਆਂ ਦਰਿਆ ਪਾਕ ਪਵਿੱਤਰ ਸੀ, ਸਾਰੇ ਸ਼ੁੱਧ ਵਗਦੇ ਸੀ, ਪਰ ਜਦੋਂ ਕਦਾ ਇੱਕਦਮ ਸਾਡੇ ਜੀਵਨ ਸ਼ੈਲੀ ਦੇ ਵਿੱਚ ਚੇਂਜ ਆਈ ਹੈ, ਇੰਡਸਟਰੀ ਦਾ ਵਿਕਾਸ ਹੋਇਆ, ਤੇ ਨਾਲ ਦੇ ਨਾਲ ਜਿਹੜਾ ਹੈਗਾ ਸਾਡੇ ਜਿਸ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਘਰਾਂ ਦੇ ਵਿੱਚ ਟੋਇਲਟਾਂ ਬਣ ਗਈਆਂ, ਸਾਰਾ ਪਾਣੀ ਸੀਵਰੇਜ ਸਿਸਟਮ ਹੋ ਗਿਆ, ਪਰ ਸਰਕਾਰਾਂ ਨੇ ਉਹਦਾ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਜੀ, ਤੇ ਜਿੰਨੇ ਵੀ, ਕਿਉਂਕਿ ਲਾਈਫ ਸਟਾਈਲ ਜਿਹੜਾ ਹੈ ਉਹ ਤਾਂ ਪੱਛਮ ਤੋਂ ਲੈ ਲਿਆ, ਪਰ ਉਹਨਾਂ ਦੇ ਵਾਹਨ ਜਿਹੜਾ ਸੀ, ਜਿਹੜਾ ਜਿਹੜਾ ਪਾਣੀ ਦਾ ਟ੍ਰੀਟਮੈਂਟ ਪਲਾਂਟ ਲਾ ਕੇ ਉਹਦਾ ਪ੍ਰਬੰਧ ਨਹੀਂ ਕੀਤਾ, ਉਹ ਸਾਰਾ ਕੁਦਰਤੀ ਸੋਮਿਆਂ ਦੇ ਵਿੱਚ ਸਿੱਟ ਦਿੱਤਾ, ਚਾਹੇ ਵੱਡਾ ਸ਼ਹਿਰ ਆ, ਚਾਹੇ ਕੋਈ ਛੋਟਾ ਸ਼ਹਿਰ ਆ, ਚਾਹੇ ਕੋਈ ਪਿੰਡ ਆ, ਸਾਰੇ ਕਿਨੇ ਪਹਿਲਾਂ ਤਾਂ ਅਸੀਂ ਪਾਣੀ ਇਹਨਾਂ ਵਈਆਂ ਦਰਿਆਵਾਂ ਚੋਂ ਪੀਂਦੇ ਸੀ, ਇਸ ਕਰਕੇ ਅਸੀਂ ਉਹਨੂੰ ਗੰਦਾ ਨਹੀਂ ਸੀ ਕਰਦੇ, ਪਰ ਜਦੋਂ ਤੋਂ ਅਸੀਂ ਇਹਨਾਂ ਵਈਆਂ ਦਰਿਆਵਾਂ ਤੋਂ ਪਾਣੀ ਲੈਣੋਂ ਹਟ ਗਏ, ਮੋਟਰਾਂ ਲੱਗ ਗਈਆਂ, ਟਿਊਬਵੈਲ ਲੱਗ ਗਏ ਘਰਾਂ ਦੇ ਵਿੱਚ, ਤੇ ਇਹ ਸਾਰਾ ਕੁਝ ਜਿਹੜਾ ਸੀਗੀ ਵੇਸਟੇਜ, ਕੋਈ ਚੀਜ਼ ਸਾਡੇ ਕੋਲ ਬਚਦੀ ਆ, ਜਿਹੜੀ ਚੀਜ਼ ਜ਼ਹਿਰਾਂ ਵੀ ਅਸੀਂ ਜਿਹੜੀਆਂ ਹੈਗੀਆਂ ਇਹਨਾਂ ਵਈਆਂ ਦਰਿਆਵਾਂ ਵਿੱਚ ਪਾ ਕੇ, ਜੋ ਹਾਲਾਤ ਅਸੀਂ ਪੰਜਾਬ ਨੀ ਸਾਰੇ ਭਾਰਤ ਦੇ ਵਿੱਚ ਹੀ, ਚਾਹੇ ਉਹ ਗੰਗਾ ਚ, ਜਮੁਨਾ ਚ, ਚਿੱਟੀ ਬਈ, ਕਾਲੀ ਬਈ, ਦਰਿਆ ਸਤਲੁਜ, ਜੋ ਹਾਲ ਅਸੀਂ ਇਹਨਾਂ ਪਾਣੀਆਂ ਦਾ ਕੀਤਾ, ਇਹ ਜਿਹੜੀ ਹੈਗੀ ਆ ਬਹੁਤ ਦੁਖਾਂਤ ਆ ਕਿ ਅਸੀਂ ਜਿਸ ਪਾਣੀ ਤੋਂ ਬਿਨਾਂ ਸਾਡਾ ਆਪਦਾ ਜੀਵਨ ਨੀ ਬਣ ਸਕਦਾ, ਆਉਣ ਵਾਲੀਆਂ ਪੀੜ੍ਹੀਆਂ ਨੀ ਬਣ ਸਕਦੀਆਂ, ਅਸੀਂ ਉਸੇ ਪਾਣੀ ਦੇ ਨਾਲ, ਉਸੇ ਹੀ ਤੱਤ ਦੇ ਨਾਲ ਇਹੋ ਜਿਹਾ ਧਰੋਹ ਕਰ ਰਹੇ ਹਾਂ, ਅਸੀਂ ਆਤਮਘਾਤੀ ਬਣਦੇ ਜਾ ਰਹੇ ਹਾਂ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਪਾਣੀ ਤੋਂ ਬਿਨਾਂ ਕਿਸ ਤਰ੍ਹਾਂ ਬਚਣਗੀਆਂ, ਇੱਕ ਪਾਸੇ ਤਾਂ ਅਸੀਂ ਉਹਨਾਂ ਦੇ ਵਿਕਾਸ ਵਾਸਤੇ, ਉਹਨਾਂ ਦੇ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਬੜੇ ਯਤਨ ਕਰਦੇ ਹਾਂ ਕਿ ਉਹ ਖੁਸ਼ ਰਹਿਣ, ਖੁਸ਼ਹਾਲ ਰਹਿਣ, ਕੋਠੀਆਂ ਪਾ ਰਹੇ ਹਾਂ, ਮਾਇਆ ਇਕੱਠੀ ਕਰ ਰਹੇ ਹਾਂ ਵੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਾ ਲੈਣ, ਪਰ ਇਹ ਨੀ ਸੋਚਦੇ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਉਹ ਕਿੱਥੋਂ ਪੀਣਗੀਆਂ, ਉਹ ਹੱਸਾ ਵਾਇ ਸਾਹ ਕਿੱਥੋਂ ਲੈਣਗੀਆਂ, ਸੋ ਇਹ ਬਹੁਤ ਵੱਡਾ ਦੁਖਾਂਤ ਸਾਡੇ ਮੁਲਕ ਦਾ ਬਣ ਚੁੱਕਾ ਜੀ। ਬਾਬਾ ਜੀ, ਅਸੀਂ ਦੇਖਦੇ ਹਾਂ ਜੇ ਜੀਓਗ੍ਰਾਫਿਕਲੀ ਦੇਖੀਏ ਤਾਂ ਜਿਹੜੀਆਂ ਪੰਜਾਬ ਦੀਆਂ ਨਦੀਆਂ ਨੂੰ ਜੋ ਪਾਣੀ ਪ੍ਰਾਪਤ ਹੁੰਦਾ ਹੈ, ਬਲਕਿ ਪੰਜਾਬ ਦੀ ਇਹ ਧਰਤੀ ਪੰਚ ਨਦ ਜਾਂ ਪੰਜਾਬ ਪੰਜ ਆਬ, ਜਿਸ ਦਾ ਨਾਮ ਹੀ ਉਹਨਾਂ ਉਸ ਪਾਣੀ ਦੇ ਉੱਤੇ ਰੱਖਿਆ ਗਿਆ, ਔਰ ਜਿਹੜਾ ਗਲੇਸ਼ੀਅਰ ਦੇ ਉਸ ਪਵਿੱਤਰ ਪਾਕ ਸਾਫ਼ ਪਾਣੀ ਦਾ ਇੱਕ ਸੋਮਾ ਸੀ ਔਰ ਬਿਲਕੁਲ ਨੇੜੇ ਸੀ, ਪਰ ਇਹ ਸੋਮਾ ਵੀ ਅਸੀਂ ਨਹੀਂ ਬਚਾ ਸਕੇ, ਤਾਂ ਇਹਦੇ ਲਈ ਸਰਕਾਰ ਨੇ ਕਾਨੂੰਨ ਵੀ ਬਣਾਏ, ਪੋਲਿਊਸ਼ਨ ਕੰਟਰੋਲ ਬੋਰਡ ਵੀ ਬਣਾਏ, ਔਰ ਜਿਹਦੇ ਲਈ ਉਹਨਾਂ ਨੇ 7 ਸਾਲ ਤੱਕ ਦੀ ਕੈਦ ਵੀ ਉਹਦੇ 'ਚ ਰੱਖੀ ਹੈ ਅਗਰ ਇਸ ਪਾਣੀ ਨੂੰ ਅਗਰ ਕੋਈ ਗੰਧਲਾ ਕਰਦਾ ਜਾਂ ਖਰਾਬ ਕਰਦਾ ਹੈ। ਪਰ ਜੇ ਅਗਰ ਧਾਰਮਿਕ ਤੌਰ 'ਤੇ ਅਗਰ ਆਪਣੇ ਆਪ ਵੀ ਜਾਗਰੂਕ ਹੋ ਕੇ ਸਮਾਜਿਕ ਤੌਰ 'ਤੇ ਔਰ ਕਾਨੂੰਨੀ ਤੌਰ ਦੇ ਉੱਤੇ ਵੀ ਤਿੰਨੋਂ ਪਾਸੇ ਤੋਂ ਅਸੀਂ ਫੇਲ ਹਾਂ, ਫਿਰ ਕੀ ਕੋਈ ਆਸ ਦੀ ਕਿਰਨ ਬਾਕੀ ਹੈ? ਅੱਜ ਤੋਂ ਅਸੀਂ 10 ਸਾਲ 9.5 ਸਾਲ ਪਹਿਲਾਂ ਜਦੋਂ ਪਵਿੱਤਰ ਕਾਲੀ ਬਾਈ ਦੀ ਸੇਵਾ ਦਾ ਕਾਰਜ ਆਰੰਭ ਕੀਤਾ ਜੀ, ਉਸ ਵੇਲੇ ਸਾਨੂੰ ਵੀ ਇਹ ਲੋਕ ਸਾਰੇ ਟਿਚਰਾਂ ਕਰਦੇ ਸੀ ਜੀ, ਕਹਿੰਦੇ ਬਾਬਾ ਜੀ ਤੁਹਾਡੇ ਸਾਫ ਕਰਨ ਦੇ ਨਾਲ ਕੀ ਇੱਥੇ ਫਰਕ ਪੈ ਜੂਗਾ ਜੀ, ਪਰ ਅਸੀਂ ਦ੍ਰਿੜਤਾ ਦੇ ਨਾਲ ਸਾਡਾ ਤੇ ਸੀਗਾ ਸੰਕਲਪ ਕਿ ਭਾਵੇਂ ਸਾਡਾ ਇਸ ਤਰ੍ਹਾਂ ਜੀਵਨ ਲੱਗ ਜਾਏ ਜੀ, ਕਿ ਬਾਬੇ ਨਾਨਕ ਦੀ ਜਿਹੜੀ ਧਰੋਹਰ ਆ ਤੇ ਸਾਡਾ ਇਤਿਹਾਸ ਨੂੰ ਬਚਾਉਣਾ। ਉਸ ਵੇਲੇ ਤਾਂ ਇੱਕ ਤਾਂ ਆਮ ਲੋਕਾਂ ਦੇ ਨਾਲ ਮੱਥਾ ਮਰਨਾ ਪੈਂਦਾ ਸੀ, ਉਹਨੂੰ ਤੇ ਅਸੀਂ ਸਮਝਦੇ ਸੀ, ਕਿਸੇ ਤੀਕਰ ਜਿਹੜੇ ਪੜ੍ਹੇ ਲਿਖੇ ਲੋਕ ਸੀ ਜਿੱਦਾਂ ਸਪੀਸੀਐਸ ਅਫਸਰ ਆ, ਜਦੋਂ ਉਹਨਾਂ ਨੇ ਇਹੋ ਜਿਹੀ ਮਾਨਸਿਕਤਾ ਦੇਖਦੇ ਸੀਗੇ ਤੇ ਮਨ ਨੂੰ ਦੁੱਖ ਹੁੰਦਾ ਸੀ ਵੀ ਜਿਸ ਮੁਲਕ ਦੇ ਵਿੱਚ ਇਹ ਪੜ੍ਹੇ ਲਿਖੇ ਲੋਕਾਂ ਦਾ ਵੀ ਇਹ ਹਾਲ ਆ ਕਿ ਇਹਨਾਂ ਨੂੰ ਵੀ ਕੁਦਰਤੀ ਸੋਮਿਆਂ ਦਾ ਇਹ ਜਿਹੜੇ ਸਾਡਾ ਸੰਵਿਧਾਨ ਬਣਿਆ ਇਹਦੇ ਬਾਰੇ ਜਾਣਕਾਰੀ ਨਹੀਂ, ਤੇ ਦੱਸੋ ਆਮ ਲੋਕਾਂ ਦੇ ਇਹਦੇ ਵਾਸਤੇ ਕੀ ਸੋਚ ਹੋਊਗੀ, ਕਿਉਂਕਿ ਇਹ ਜੋ ਕੁਛ ਵੀ ਪੋਲਿਊਸ਼ਨ ਕੰਟਰੋਲ ਬੋਰਡ ਬਣਿਆ ਇਹ ਸਾਰਾ ਕੁਛ ਹੀ ਜਿਹੜਾ ਹੈ ਅੰਤਰਰਾਸ਼ਟਰੀ ਦਬਾਅ ਦੇ ਥੱਲੇ ਬਣਿਆ, ਕਿਉਂਕਿ ਜਿਹੜੀਆਂ ਸਾਨੂੰ ਗਰਾਂਟਾਂ ਮਿਲਦੀਆਂ ਤੇ ਉਹਨਾਂ ਦੇ ਵਰਲਡ ਬੈਂਕ ਤੋਂ ਉਹਨਾਂ ਨੇ ਇਹ ਸਾਰੀਆਂ ਪਾਬੰਦੀਆਂ ਲਾਈਆਂ ਕਿ ਤੁਸੀਂ ਆਪਣੇ ਪਾਣੀ ਦੀ ਜਿਹੜੇ ਕੁਦਰਤੀ ਸੋਮੇ ਆ ਇਹਨਾਂ ਦੇ ਉੱਤੇ ਜਿਹੜੀ ਗੰਦਗੀ ਤੋਂ ਬਚਾਓ, ਉਹ ਸਾਰਾ ਕੁਛ ਤਾਂ ਅਸੀਂ ਸਥਾਪਿਤ ਕਰ ਦਿੱਤਾ, ਪਰ ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਸੀ ਉਹਨਾਂ ਨੇ ਸਾਰਾ ਕੁਛ ਜਿਹੜਾ ਸੀਗਾ, ਕੋਈ ਵੀ ਇੰਡਸਟਰੀ ਲੱਗਦੀ ਹੈ ਉਹਨਾਂ ਨੂੰ 3 ਤਰ੍ਹਾਂ ਦੀ NOC ਲੈਣੀ ਪੈਂਦੀ ਹੈ, ਏਅਰ ਪੋਲਿਊਸ਼ਨ, ਵਾਟਰ ਪੋਲਿਊਸ਼ਨ, ਨੋਇਸ ਪੋਲਿਊਸ਼ਨ, ਤਾਂ ਜਾ ਕੇ ਉਹਨਾਂ ਨੂੰ ਬਿਜਲੀ ਦਾ ਕਨੈਕਸ਼ਨ ਮਿਲਦਾ।
ਹਾਂਜੀ ਪਰ ਜੇ ਫਿਰ ਵੀ ਉਹ ਪੋਲਿਊਸ਼ਨ ਫੈਲਾਉਂਦੇ ਆ ਤਾਂ ਉਹਦਾ ਕਨੈਕਸ਼ਨ ਕੱਟਿਆ ਜਾ ਸਕਦਾ ਜੀ ਪਰ ਇਹ ਸਾਰਾ ਕੁਛ ਸਾਡੇ ਭ੍ਰਿਸ਼ਟਾਚਾਰ ਦੀ ਭੇਟ ਚੜ ਗਿਆ ਸਿਰਫ ਇੱਕ ਲਾਇਸੈਂਸ ਬਣਾ ਲਿਆ ਕਿ ਸਾਡੇ ਕੋਲੋਂ ਸਾਡੇ ਤੋਂ ਬਿਨਾਂ ਇਹਨਾਂ ਦਾ ਇੰਡਸਟਰੀ ਨਹੀਂ ਲੱਗਣੀ ਉਹਨਾਂ ਕੋਲ ਪੈਸੇ ਲਾਓ ਤੇ ਉਹਨਾਂ ਨੂੰ ਸਰਟੀਫਿਕੇਟ ਦਿਓ ਇਹ ਬਹੁਤ ਸਾਰਾ ਸਾਡੀ ਜਿਹੜੀ ਹੈਗੀ ਆ ਕਾਨੂੰਨ ਜਿਹੜਾ ਹੈਗਾ ਸਰਕਾਰਾਂ ਨੇ ਜਿਹੜਾ ਹੈਗਾ ਇਸ ਨੂੰ ਦੇਖਣਾ ਹੁੰਦਾ ਪ੍ਰਸ਼ਾਸਨ ਨੇ ਲਾਗੂ ਕਰਨਾ ਹੁੰਦਾ ਜਦੋਂ ਵਾਰਡ ਖੇਤ ਨੂੰ ਖਾਣ ਲੱਗ ਪਏ ਤੇ ਫੇਰ ਜਿਹੜੀ ਹੈਗੀ ਉੱਥੇ ਰਾਖੀ ਕੌਣ ਕਰੂ ਲੋਕ ਇੰਨੇ ਜਾਗਰੂਕ ਨਹੀਂ ਸੀ ਜਦੋਂ ਅਸੀਂ ਇਹ ਮੁੱਦੇ ਨੂੰ ਚੱਕਿਆ ਤੇ ਸਾਨੂੰ ਉਸ ਵੇਲੇ ਵੀ ਕਿਸੇ ਬਾਬਾ ਜੀ ਗੰਦੇ ਪਾਣੀ ਕਿੱਥੇ ਜਾਣਗੇ ਅਸੀਂ ਤੁਸੀਂ ਕੁਦਰਤੀ ਜ਼ੁਲਮੇ ਚ ਨਹੀਂ ਪਾ ਸਕਦੇ ਅਸੀਂ ਸੁਲਤਾਨਪੁਰ ਲੋਧੀ ਦੇ ਵਿੱਚ ਜਿੱਥੇ ਜਿਹੜੇ ਹੈ ਆਪਣੇ ਰੈਸਟ ਹਾਊਸ ਦਾ ਪਾਣੀ ਕਚਹਿਰੀਆਂ ਦਾ ਪਾਣੀ ਐਸ ਡੀ ਐਮ ਦਾ ਪਾਣੀ ਦਫ਼ਤਰ ਦਾ ਪਾਣੀ ਤਹਿਸੀਲਦਾਰ ਦੇ ਬੀ ਡੀ ਓ ਦਫ਼ਤਰ ਦਾ ਪਾਣੀ ਜਿੱਥੇ ਬਹਿੰਦਾ ਸੀ ਸਭ ਤੋਂ ਪਹਿਲਾਂ ਅਸੀਂ ਉਹਦੇ ਵਿੱਚ ਇੱਕ ਸਫ਼ੈਦਾ ਵੱਢ ਕੇ ਉਸ ਪੈਪ ਚੜਾ ਤਾ ਕੁਦਰਤੀ ਸੋਨੇ ਚ ਪਾਣੀ ਨਹੀਂ ਪਾ ਸਕਦੇ ਕਹਿੰਦੇ ਬਾਬਾ ਜੀ ਸਾਨੂੰ 15 ਦਿਨ ਦਾ ਟਾਈਮ ਦੇ ਦਿਓ ਕਹਿੰਦੇ ਜਿਹੜਾ ਤੁਸੀਂ ਅੱਜ ਨਹੀਂ ਕਰ ਸਕਦੇ ਤੁਹਾਨੂੰ 15 ਦਿਨ ਇਹ ਦੇ ਦਿਓ ਤੁਸੀਂ ਗੰਦਗੀ ਸਿੱਟੋ ਫਿਰ ਅਸੀਂ ਇਹਨੂੰ ਮਤਲਬ ਜਿਹੜਾ ਹੈਗਾ ਚੱਕ ਲਾਂਗੇ ਸਾਫ਼ ਕਰਾਂਗੇ ਤੁਸੀਂ ਨਹੀਂ ਪਾ ਸਕਦੇ ਉਦੋਂ ਬੰਦ ਕੀਤਾ ਤੇ ਬਾਬਾ ਜੀ ਠੀਕ ਹੈ ਜਿਹੜਾ ਤੁਸੀਂ ਪ੍ਰਸ਼ਾਸਨ ਦੀ ਔਰ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹੋ ਮੈਂ ਦੇਖ ਰਿਹਾ ਸੀ ਅਲ ਬਰੂਨੀ ਦੀ ਕਿਤਾਬ ਅਲ ਹਿੰਦ ਵਿੱਚ ਪੜ੍ਹ ਰਿਹਾ ਸੀ ਜਿਹੜੀ ਤਕਰੀਬਨ 700-800 ਸਾਲ ਪਹਿਲੇ ਦੀ ਕਿਤਾਬ ਹੈ ਉਸ ਦੇ ਵਿੱਚ ਉਹਨੇ ਹਿੰਦੁਸਤਾਨੀਆਂ ਬਾਰੇ ਲਿਖਿਆ ਕਹਿੰਦਾ ਕਿ ਇਹਨਾਂ ਦੀ ਅਜੀਬ ਆਦਤ ਹੈ ਉਂਝ ਤਾਂ ਸਫਾਈ ਦੀ ਬੜੀ ਗੱਲ ਕਰਦੇ ਹਨ ਪਰ ਜਿਹੜੀ ਥਾਂ ਬੈਠਦੇ ਹਨ ਉੱਥੇ ਹੀ ਥੁੱਕ ਵੀ ਦਿੰਦੇ ਹਨ ਸੋ ਇਹ ਇੱਕ ਆਦਤ ਹੈ ਜਿਹੜੀ ਸਦੀਆਂ ਤੋਂ ਸਾਡੇ ਅੰਦਰ ਵੜੀ ਹੋਈ ਹੈ ਕਿ ਨਿੱਜੀ ਸਫਾਈ ਦੀ ਤਾਂ ਗੱਲ ਕਰਦੇ ਹਾਂ ਪਰ ਸਮਾਜਿਕ ਸਫਾਈ ਦੀ ਨਹੀਂ ਪਰ ਉਸਨੂੰ ਦੂਰ ਕਰਨ ਲਈ ਤੁਸੀਂ ਪ੍ਰਸ਼ਾਸਨਿਕ ਪੱਧਰ 'ਤੇ ਲੜਾਈ ਲੜੋਗੇ ਜਾਂ ਤੁਸੀਂ ਹੁਣ ਸਰਪੰਚ ਵੀ ਬਣੇ ਪਿੰਡ ਦੇ ਸੋ ਕਿਸ ਢੰਗ ਨਾਲ ਤੁਹਾਡਾ ਹੁਣ ਇਸ ਲੜਾਈ ਨੂੰ ਅੱਗੇ ਤੋਰਨ ਦਾ ਨਿਸ਼ਾਨਾ ਹੈ ਅਸੀਂ ਦੂਸਰੀ ਵਾਰੀ ਇਸ ਪਿੰਡ ਦੇ ਸਰਪੰਚ ਵੀ ਬਣੇ ਆ ਅਸੀਂ ਆਪਣੇ ਪਿੰਡ ਵਿੱਚ ਸਾਰੇ ਸੀਵਰੇਜ ਸਿਸਟਮ ਸਾਡਾ ਕੀਤਾ ਹੋਇਆ ਜੀ ਅਸੀਂ ਉਹ ਪਾਣੀ ਸਾਰਾ ਟ੍ਰੀਟ ਕਰਕੇ ਅਸੀਂ ਖੇਤੀ ਨੂੰ ਲਾਉਂਦੇ ਆ ਜੀ ਸੋ ਅਸੀਂ ਜੋ ਵੀ ਕੰਮ ਕਰਦੇ ਆ ਅਸੀਂ ਇੱਕ ਉਦਾਹਰਣ ਬਣਾਈ ਕਿਉਂਕਿ ਕਿੰਨੀ ਦੀ ਆਲੋਚਨਾ ਜਿਹੜੀ ਹੈਗੀ ਆ ਉਹ ਵੀ ਸਾਰੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਆਲੋਚਨਾ ਹੋਣੀ ਵੀ ਚਾਹੀਦੀ ਹੈ ਜਿਹੜੀ ਗਲਤ ਹੋ ਰਿਹਾ ਹਾਂਜੀ ਪਰ ਅਸੀਂ ਚਾਹੁੰਦੇ ਆ ਕਿ ਜਿੰਨਾ ਚਿਰ ਉਹਦਾ ਅਸੀਂ ਇੱਕ ਬਦਲ ਨਹੀਂ ਦਿੰਦੇ ਜੀ ਉਹਨਾਂ ਚਿਰ ਉਹ ਮਸਲਾ ਹੱਲ ਨਹੀਂ ਹੁੰਦਾ ਕਿਉਂਕਿ ਜਿਸ ਵੇਲੇ ਵੇਈ ਦੀ ਸੇਵਾ ਦਾ ਕੰਮ ਸ਼ੁਰੂ ਕੀਤਾ ਉਸ ਵੇਲੇ ਵੀ ਸਾਡੇ ਮੂਹਰੇ ਸਭ ਤੋਂ ਵੱਡੀ ਚੁਣੌਤੀ ਸੀ ਕਿ ਪਾਣੀਆਂ ਦਾ ਕੀ ਕੀਤਾ ਜਾਵੇ ਜੀ ਫਿਰ ਅਸੀਂ ਜਿਹੜਾ ਇਹਦਾ ਜਿਹੜਾ ਜੋ ਹੱਲ ਆਪਣੇ ਸੀਚੇਵਾਲ ਵਿੱਚ ਬਣਾਇਆ ਇਹੀ ਤਕਰੀਬਨ 40 ਪਿੰਡਾਂ ਦਾ ਪਾਣੀ ਵੀ ਵੇਈ ਵਿੱਚ ਪੈਂਦਾ ਸੀ ਤਕਰੀਬਨ 30 ਪਿੰਡ ਜਿਹੜੇ ਆ ਉਹਨਾਂ ਦੇ ਛੱਪੜ ਪਟਾ ਕੇ ਉੱਥੇ ਮੋਟਰਾਂ ਦੀ ਪ੍ਰੋਵੀਜ਼ਨ ਅਸੀਂ ਕਰ ਰਹੇ ਹਾਂ ਕਿ ਉਹ ਪਾਣੀ ਵੀ ਜਿਹੜਾ ਹੈ ਛੱਪੜ ਵਿੱਚ ਇਕੱਠਾ ਹੋ ਕੇ ਮਗਰੋਂ ਖੇਤੀ ਨੂੰ ਲੱਗੇ ਬਿਲਕੁਲ ਜਿਹੜਾ ਸ਼ਹਿਰਾਂ ਦਾ ਪੁਰਾਣੀ ਪਾਣੀ ਹੈ ਸੁਲਤਾਨਪੁਰ ਦਾ ਜਿਹੜਾ ਗੰਦਾ ਪਾਣੀ ਹੈ ਇਸ ਵੇਲੇ 8 ਕਿਲੋਮੀਟਰ ਪਾਈਪਲਾਈਨ ਪਾ ਕੇ ਉਹ ਪਾਣੀ ਖੇਤੀ ਨੂੰ ਲੱਗ ਰਿਹਾ ਕੁਰਥਲੇ ਦਾ ਪਾਣੀ ਵੀ 6 ਕਿਲੋਮੀਟਰ ਪਾਈਪਲਾਈਨ ਪਈ ਹੈ ਉਹ ਖੇਤੀ ਨੂੰ ਲੱਗ ਰਿਹਾ ਹਜੇ ਉਹਦੇ ਉੱਤੇ ਘੱਟੋ ਘੱਟ ਜਿਹੜੀ ਹੈਗੀ ਆ 30 ਕਿਲੋਮੀਟਰ ਹੋਰ ਪਾਣੀ ਜਿਹੜਾ ਪਾਈਪਲਾਈਨ ਉਹਦੇ ਪੈਣੀ ਆ ਜਾ ਕੇ ਉਹ ਪਾਣੀ ਜਿਹੜਾ ਸਾਰਾ ਜਿਹੜਾ ਹੈ ਉਹ ਖੇਤੀ ਨੂੰ ਲੱਗੂਗਾ ਇਸੇ ਤਰ੍ਹਾਂ ਦੂਸਰੇ ਦੇ ਵਿੱਚ ਟ੍ਰੀਟਮੈਂਟ ਪਲਾਂਟ ਲਾਇਆ ਤੇ ਉੱਥੇ ਵੀ 6 ਕਿਲੋਮੀਟਰ ਦੇ ਵਿੱਚ ਪਾਣੀ ਲੱਗ ਰਿਹਾ ਇਹ ਪਾਣੀ ਜਿਹੜੇ ਪੰਜਾਬ ਦੇ ਵਿੱਚ ਇਹ ਗੰਦੇ ਪਾਣੀ ਹੈ ਕੋਈ ਵੱਡੀ ਸਮੱਸਿਆ ਨਹੀਂ ਇਹਨਾਂ ਨੂੰ ਟ੍ਰੀਟ ਕਰਕੇ ਕਿਉਂਕਿ ਸਾਡਾ ਖੇਤੀ ਪ੍ਰਧਾਨ ਮੁਲਕ ਆ 70% ਲੋਕ ਪਿੰਡਾਂ ਵਿੱਚ ਰਹਿੰਦੇ ਆ ਸਾਰੇ ਖੇਤੀ ਤੇ ਡਿਪੈਂਡ ਆ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦਾ ਪਾਣੀ ਤਕਰੀਬਨ ਜਿਹੜਾ ਹੈ 100 ਫੁੱਟ ਤੱਕ ਥੱਲੇ ਚਲੇ ਗਿਆ ਜਿਹੜਾ 14-14 ਫੁੱਟ ਦੇ ਉੱਤੇ ਸੀਗਾ ਇਹ ਸਾਡੇ ਮੁਲਕ ਦੇ ਵਿੱਚ ਪਾਣੀ ਸਾਡੇ ਕੋਲ ਗੰਦੇ ਉਨੇ ਪਾਣੀ ਨਹੀਂ ਜਿੰਨੀ ਸਾਡੀ ਖੇਤੀ ਨੂੰ ਲੋੜ ਆ ਪਰ ਅਫਸੋਸ ਆ ਕਿ ਸਰਕਾਰਾਂ ਨੇ ਇਸ ਪਾਸੇ ਸੋਚਿਆ ਹੀ ਨਹੀਂ ਇਹ ਜੇ ਪਾਣੀ ਸਾਰਾ ਹੀ ਟ੍ਰੀਟ ਕਰਕੇ ਪਿੰਡਾਂ ਤੇ ਸ਼ਹਿਰਾਂ ਦਾ ਅਸੀਂ ਖੇਤੀ ਨੂੰ ਲਾ ਲਈਏ ਇੱਕ ਤਾਂ ਸਾਡਾ ਧਰਤੀ ਹੇਠ
ਅਸੀਂ ਮੋਟਰਾਂ ਲਾ ਕੇ ਖੇਤੀ ਨੂੰ ਪਾਣੀ ਦੇ ਰਿਹਾ ਉਹ ਬਣ ਸਕਦਾ। ਦੂਸਰਾ ਜਿੱਥੇ ਇਹ ਪਾਣੀ ਲਾਵਾਂਗੇ ਉੱਥੇ ਖਾਦ ਪਾਉਣ ਦੀ ਲੋੜ ਨਹੀਂ। ਤੀਸਰਾ ਜਿਹੜਾ ਹੈਗਾ ਇਹ ਪਾਣੀ ਸੁਲਤਾਨਪੁਰ ਦਾ ਪਾਣੀ ਵੀ ਜਿਹੜਾ ਬਾਈ ਗ੍ਰੈਵਿਟੀ ਲੱਗਦਾ, ਕਿਸਾਨ ਜਿਹੜੇ ਮੋਟਰਾਂ ਦੀ ਉਹਨਾਂ ਨੂੰ ਚਲਾਉਣ ਦੀ ਲੋੜ ਨੀ ਪੈਂਦੀ, ਉਹਨਾਂ ਦੀ ਬਿਜਲੀ ਦੀ ਬੱਚਤ ਹੁੰਦੀ ਹੈ। ਸੋ ਉਹਦੇ ਨਾਲ ਜਿਹੜੇ ਹੈਗੇ ਵਹੀਆਂ ਦਰਿਆ ਵੀ ਪਵਿੱਤਰ ਰਹਿ ਸਕਦੇ ਆ, ਸਾਡੀ ਖੇਤੀ ਵਾਸਤੇ ਵਿੱਚ ਵੀ ਜਿਹੜੀ, ਕਿਉਂਕਿ ਅੱਜ ਤੋਂ 50 ਸਾਲ ਪਹਿਲਾਂ ਜਿਹੜੀ ਸਾਡੀ ਖੇਤੀ ਹੁੰਦੀ ਸੀ ਔਰਗੈਨਿਕ ਖੇਤੀ ਹੁੰਦੀ ਸੀ, ਉਹਦੇ ਮਲ ਮੂਤਰ ਤੇ ਹੁੰਦੀ ਸੀ, ਬਿਲਕੁਲ ਉਹਦੇ ਸਾਰੀ ਅਸੀਂ ਰੂੜੀ ਦੇ ਰੂਪ ਦੇ ਵਿੱਚ ਇਹਨੂੰ ਵਰਤਦੇ ਸੀ। ਬਾਬਾ ਜੀ ਮੈਂ ਇਸੇ ਬਾਰੇ ਹੀ ਤੁਹਾਡੇ ਨਾਲ, ਮੈਂ ਇਸੇ ਪੁਆਇੰਟ ਦੇ ਉੱਤੇ ਹੀ, ਤੁਸੀਂ ਜੋ ਕਿ ਬਹੁਤ ਵੱਡੀ ਗਿਣਤੀ 'ਚ 6,000 ਏਕੜ ਜਿਹੜੀ ਹੈ ਉਹ ਲੈਂਡ ਰੀਕਲੇਮ ਵੀ ਕੀਤੀ, ਕਿਉਂਕਿ ਧਰਤੀ ਵੀ ਬੜੀ ਕੀਮਤੀ ਹੈ, ਸਾਨੂੰ ਪਾਣੀ ਦੀ ਵੀ ਲੋੜ ਹੈ ਅਤੇ ਧਰਤੀ ਦੀ ਵੀ ਲੋੜ ਹੈ। ਜਿਵੇਂ ਕਲਕੱਤੇ ਦੇ ਵਿੱਚ ਵੀ ਪਹਿਲੇ ਜਦੋਂ ਸ਼ਹਿਰ ਬਣਾਇਆ ਗਿਆ, ਉਹਨਾਂ ਨੇ ਕਲਕੱਤੇ ਦਾ ਜਿਹੜਾ ਪਾਣੀ ਸੀ ਉਹ ਕੱਢ ਕੇ ਉਹਨਾਂ ਨੇ ਛੱਪੜ ਬਣਾਏ ਜਿਹਦੇ 'ਚ ਮੱਛੀਆਂ ਪਾਲੀਆਂ, ਉਹਦੇ ਬਾਅਦ ਉਸਦੇ 'ਚੋਂ ਪਾਣੀ ਬਾਂਸਾਂ ਦਾ ਉਹਨਾਂ ਨੇ ਲਗਾ ਕੇ ਫਿਲਟਰ ਕਰਕੇ ਫਿਰ ਜਿਹੜਾ ਪਾਣੀ ਉਹ ਬਣਦਾ ਸੀ ਉਹਦੇ ਬਾਅਦ ਉਹਦੀ ਖੇਤੀ ਹੁੰਦੀ ਸੀ। ਪਰ ਹੁਣ ਉਹ ਜਿਹੜੇ ਕੋਲੋਨਾਈਜ਼ਰ ਹਨ ਉਹਨਾਂ ਨੇ ਜਦੋਂ ਉਹਨਾਂ ਦੇ ਉੱਤੇ ਬਿਲਡਿੰਗਾਂ ਬਣਾ ਦਿੱਤੀਆਂ, ਉਹ ਪਾਣੀ ਦਾ ਜਿਹੜਾ ਜਿੱਥੇ ਜਾਂਦਾ ਸੀ ਉਹ ਰੋਕ ਦਿੱਤਾ ਗਿਆ, ਹੁਣ ਉਹ ਸ਼ਹਿਰ ਦੇ ਵਿੱਚ ਗੰਦਗੀ ਬਿਮਾਰੀ ਔਰ ਸਾਰੀਆਂ ਪ੍ਰੋਬਲਮਸ ਆ ਗਈਆਂ। ਸੋ ਜਿਉਂ ਜਿਉਂ ਇਹ ਧਰਤੀ ਕੀਮਤੀ ਹੋਏਗੀ, ਜਿਉਂ ਤੁਸੀਂ ਆਪ ਜੀ ਨੇ ਦੱਸਿਆ ਕਿ ਉਹ ਧਰ ਅੱਗੇ ਜਾ ਕੇ ਪਾਣੀ ਫਿਰ ਵਾਪਸ ਅਸੀਂ ਲੈਂਦੇ ਹਾਂ ਜਿਹਨੂੰ ਕੱਚਾ ਪਾਣੀ ਕਹਿੰਦੇ ਹੈ, ਅਜੇ ਵੀ ਕਲਕੱਤੇ ਦੀਆਂ ਸੜਕਾਂ ਨੂੰ ਸਵੇਰੇ 2:30 ਵਜੇ ਉਹ ਕੱਚੇ ਪਾਣੀ ਨਾਲ ਧੋਤਾ ਜਾਂਦਾ ਸੀਗਾ। ਅਤੇ ਇਸਦਾ ਤੁਸੀਂ ਕੋਈ ਪੱਕਾ ਹੱਲ ਹੈ ਕੋਈ ਐਸੀ ਔਰਗਨਾਈਜੇਸ਼ਨ ਵੱਲੋਂ ਜਾਂ ਕਿਸੇ ਢੰਗ ਦੇ ਨਾਲ, ਕਿਉਂਕਿ ਬਹੁਤ ਗੰਭੀਰ ਮੁੱਦਾ ਹੈ। ਅੱਜ ਤੁਸੀਂ 6,000 ਏਕੜ ਜ਼ਮੀਨ ਰੀਕਲੇਮ ਕਰ ਲਈ, ਪਾਣੀ ਦਾ ਟੇਬਲ ਤੁਸੀਂ ਉੱਤੇ ਕਰ ਲਿਆ 1,35,000 ਹੈਕਟੇਅਰ ਦੇ ਵਿੱਚ, ਪਰ ਜੇ ਆਉਣ ਵਾਲੇ ਸਮੇਂ ਦੇ 'ਚ ਇਸਦਾ ਪੱਕਾ ਹੱਲ ਜਿਹੜਾ ਹੈ ਉਹਦੇ ਬਾਰੇ ਤੁਸੀਂ ਜ਼ਰੂਰ ਤੁਸੀਂ ਦੱਸਣਾ। ਪਰ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਅਸੀਂ ਫਿਰ ਆਪਣਾ ਹਾਜ਼ਰ ਹੁੰਦੇ ਹਾਂ, ਇੱਕ ਛੋਟਾ ਜਿਹਾ ਬ੍ਰੇਕ। ਆਪਣੇ ਵਹਾਅ ਆਪਣੀ ਤੋਰ ਤੁਰਦਾ ਹੋਇਆ ਮੁੱਦਾ ਪ੍ਰੋਗਰਾਮ ਲੈ ਕੇ ਅਸੀਂ ਫਿਰ ਆਪ ਦੀ ਸੇਵਾ ਵਿੱਚ ਹਾਜ਼ਰ ਹਾਂ। ਸਾਨੂੰ ਖੁਸ਼ਕਿਸਮਤੀ ਹੈ, ਸਾਡੀ ਖੁਸ਼ਕਿਸਮਤੀ ਹੈ ਕਿ ਵਾਤਾਵਰਣ ਦੇ ਇੱਕ ਮੋਢੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਾਇਆਕਲਪ ਕਰਨ ਦਾ ਬੀੜਾ ਚੁੱਕਿਆ, ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਸਾਡੇ ਨਾਲ ਲਾਈਨ 'ਤੇ ਮੌਜੂਦ ਹਨ, ਦਰਸ਼ਕਾਂ ਦੇ ਰੂਬਰੂ ਹਨ। ਬਾਬਾ ਜੀ ਆਪ ਦਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸਾਰੇ ਹੀ ਦਰਸ਼ ਪੰਜਾਬੀ ਦੇ ਦਰਸ਼ਕਾਂ ਦਾ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਾਬਾ ਜੀ ਦੇਖਿਆ ਸੀ ਕਿ ਵੇਈ ਨਦੀ ਜਾਂ ਸੁਲਤਾਨਪੁਰ ਉਹ ਘਰ ਹੈ, ਉਹ ਪਹਿਲਾ ਸਥਾਨ ਹੈ ਜਿੱਥੋਂ ਸਿੱਖੀ ਦੀ ਸ਼ੁਰੂਆਤ ਹੋਈ, ਜਿਹਦੇ ਬਾਰੇ ਬਾਬਾ ਪਹਿਲਾ ਸੱਚਖੰਡ ਜਿਸ ਵੇਈ ਦੇ ਵਿੱਚ ਗੁਰੂ ਸਾਹਿਬ ਨੇ ਚੁੱਭੀ ਲਾਈ, ਪਰ ਬਾਅਦ ਵਿੱਚ ਸਾਡੀ ਅਣਗਹਿਲੀ ਜਾਂ ਸ਼ਾਇਦ ਕਦੀ ਧਿਆਨ ਵੀ ਨਹੀਂ, ਅਣਗਹਿਲੀ ਹੀ ਕਹੀ ਜਾਏ ਕਿ ਉਹ ਸਾਰੇ ਪਾਵਨ ਨਦੀ ਜਿਹੜੀ ਇਤਨੀ ਪਵਿੱਤਰ ਨਦੀ ਸੀ ਉਹਦੀ ਹਾਲਤ ਜਾਂ ਹੋਰ ਨਦੀਆਂ ਦੀ ਹਾਲਤ ਵੀ ਪੰਜਾਬ ਦੀਆਂ, ਉਹ ਇੰਡਸਟਰੀਅਲ ਔਰ ਦੂਜੇ ਵੇਸਟ ਕਰਕੇ ਇੱਦਾਂ ਹੋ ਗਈ ਕਿ ਜਿਵੇਂ ਕਹਿੰਦੇ ਹਨ ਕਿ ਉਹਦੇ ਵਿੱਚ ਜੇ ਗਾਂ ਚਲੀ ਜਾਏ ਤਾਂ ਮੱਝ ਬਣ ਕੇ ਬਾਹਰ ਨਿਕਲਦੀ ਹੈ। ਸੋ ਇਹ ਸਭ ਤੋਂ ਪਹਿਲਾਂ ਹੋਰ ਵੀ ਨਦੀਆਂ ਹਨ, ਸਤਲਜ ਹੈ, ਬਿਆਸ ਹੈ ਜਾਂ ਰਾਵੀ ਦਾ ਕੁਛ ਹਿੱਸਾ ਹੈ, ਆਪ ਦਾ ਧਿਆਨ ਇਸ ਵੇਈ ਵੱਲ ਹੀ ਕਿਉਂ ਗਿਆ? ਵੇਈ ਦੇ ਵੱਲ ਇਸ ਕਰਕੇ ਗਿਆ ਕਿਉਂਕਿ ਇੱਥੇ ਜੋ ਅਸੀਂ ਇਲਾਹੀ ਬਾਣੀ ਪੜ੍ਹਦੇ ਹਾਂ ਤੇ ਅਸੀਂ ਰੋਜ਼ਾਨਾ ਪਹਿਲਾ ਸਲੋਕ ਪੜ੍ਹਦੇ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜੀ। ਸੋ ਇਸ ਵਿਸ਼ੇ ਦੀ ਸੋਚ ਵਿਚਾਰ ਕੇ ਸਾਡਾ ਕੁਦਰਤ ਦੇ ਨਾਲ ਪਰਿਆਵਰਨ ਦੇ ਨਾਲ ਕਿਹੋ ਜਿਹਾ ਰਿਸ਼ਤਾ ਹੈ, ਜਿਸ ਹਵਾ ਵਿੱਚ ਸਾਹ ਲੈ ਰਹੇ ਹਾਂ ਇਸ ਤੋਂ ਬਿਨਾਂ ਅਸੀਂ ਜੀ ਨੀ ਸਕਦੇ, ਜਿਸ ਨੂੰ ਗੁਰੂ ਕਹਿ ਕੇ ਸਤਿਕਾਰ ਦਿੱਤਾ, ਪਾਣੀ ਨੂੰ ਪਿਤਾ ਕਹਿ ਕੇ ਸਤਿਕਾਰ ਦਿੱਤਾ, ਧਰਤੀ ਨੂੰ ਮਾਂ ਕਹਿ ਕੇ ਸਤਿਕਾਰ ਦਿੱਤਾ। ਸਾਡੀ ਧਰਤੀ ਸਾਡੀ ਮਾਂ ਨਹੀਂ, ਮਾਂ ਦੀ ਵੀ ਮਾਂ ਸਦੀਆਂ ਤੋਂ ਮਨੁੱਖਤਾ ਨੂੰ ਪਾਲਦੀ ਆਈ ਹੈ, ਸਭ ਦਾ ਜਿਹੜੇ ਹੈਗੇ ਰਿਸ਼ੀ ਮੁਨੀ ਰਹਿਬਰ ਅਵਤਾਰ ਇਸ ਧਰਤੀ ਮਾਂ ਦੀ ਗੋਦ ਵਿੱਚ ਖੇਡਿਆ। ਸੋ ਇਹ ਪੰਜਾਂ ਤੱਤਾਂ ਦਾ ਸਾਡਾ ਜਿਹੜਾ ਸਰੀਰ ਆ ਤੇ ਅਸੀਂ ਜਿਹੜੇ ਮੁੱਢਲੇ ਤੱਤ ਆ ਅਸੀਂ ਉਹਨਾਂ ਤੱਤਾਂ ਦੇ ਵਿੱਚ ਹੀ ਜਿਹੜਾ ਘੁਲਣ ਲੱਗ ਪਿਆ। ਜਦੋਂ ਇਹੋ ਜਿਹੀਆਂ ਵਿਚਾਰਾਂ ਜਲੰਧਰ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਇਹੋ ਜਿਹੀਆਂ ਵਿਚਾਰਾਂ ਚੱਲੀਆਂ ਕਿ ਜੇ ਸੁਲਤਾਨਪੁਰ ਦੀ ਬਾਬੇ ਨਾਨਕ ਦੀ ਵੇਈ ਆ ਜੇ ਉਹਨੂੰ ਨਾ ਸੰਭਾਲਿਆ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਾਂਭਤਾ ਪਾਉਣਗੀਆਂ। ਸਾਡੇ ਵੱਡੇ ਜਿਹੜੇ ਕਹਿਣਗੇ ਕਿ ਸਾਡੇ ਵੱਡਿਆਂ ਨੇ ਸਾਡਾ ਵਿਰਸਾ ਜਿਹੜਾ ਹੈ ਉਹ ਖਤਮ ਕਰ ਦਿੱਤਾ, ਤੇ ਜਿਹੜੇ ਤਰਕਸ਼ੀਲ ਲੋਕ ਆ
ਉਹ ਇਹ ਮੰਨਣੋਂ ਹਟ ਜਾਣਗੇ ਕਿ ਸੁਲਤਾਨਪੁਰ ਉਹ ਨਹੀਂ, ਉਹ ਤਾਂ ਹਾਂਜੀ ਕਿਤੇ ਪਾਕਿਸਤਾਨ ਵਿੱਚ ਰਹਿ ਗਿਆ, ਕਿਉਂਕਿ ਸੁਲਤਾਨਪੁਰ ਦੇ ਵਿੱਚ ਇੱਕ ਬਾਗ ਪਵਿੱਤਰ ਵਹੀ ਵਗਦੀ ਸੀ ਜਿਸ ਵਿੱਚ ਟੁੱਬੀ ਲਾਈ ਸੀ। ਜੀ ਸੋ ਲੋਕ ਸਾਨੂੰ ਜਿਹੜੇ ਹੈਗੇ ਆ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਉਂਗਲਾਂ ਉਠਾਉਣਗੀਆਂ। ਜੀ ਪਰ ਉਸ ਵੇਲੇ ਅਸੀਂ ਬੇਨਤੀ ਕੀਤੀ ਕਿ ਜੇ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ, ਪਰ ਜੇ ਆਪਾਂ ਇੱਥੇ ਬੈਠ ਕੇ ਗੱਲਾਂ ਕਰਕੇ ਘਰ ਨੂੰ ਚੱਲ ਜਾਈਏ ਤੇ ਇਹਦਾ ਕੋਈ ਹੱਲ ਨਹੀਂ, ਆਓ ਆਪਾਂ ਚੱਲੀਏ ਸੁਲਤਾਨਪੁਰ ਲੋਧੀ ਜਾ ਕੇ ਹੀ ਜੀ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੋ ਵਾਰੀ ਆਪ ਨੂੰ ਮਿਲਣ ਆਏ, ਉਹ ਸੀਚੇਵਾਲ ਆਏ, ਉਹਨਾਂ ਨੇ ਉਹ ਸਾਰਾ ਕੰਮ ਦੇਖਿਆ ਔਰ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਜਾ ਕੇ ਵੀ ਇਸ ਗੱਲ ਦਾ, ਇਸ ਪ੍ਰੋਜੈਕਟ ਦਾ ਉਚੇਚਾ ਜ਼ਿਕਰ ਕੀਤਾ। ਪਰ ਕੀ ਕਾਰਨ ਹੈ ਕਿ ਇਸ ਦੇ ਬਾਵਜੂਦ ਆਪ ਨੂੰ ਫਿਰ ਮਾਰਚ ਕਰਨਾ ਪਿਆ ਐਡਮਿਨਿਸਟ੍ਰੇਸ਼ਨ ਦੇ ਕੋਲ, ਫਿਰ ਮੰਗ ਪੱਤਰ ਦੇਣਾ ਪਿਆ? ਇਹ ਕੀ ਦੁਬਧਾ ਨਹੀਂ, ਇਹ ਕੋਈ ਹਾਸੋਹੀਣੀ ਹਾਲਤ ਨਹੀਂ? ਇੱਕ ਪਾਸੇ ਤਾਂ ਸਰਕਾਰ ਦੀ ਹਾਈਐਸਟ ਅਥਾਰਟੀ ਰਾਸ਼ਟਰਪਤੀ ਆਪ ਦੇ ਉਸ ਕੰਮ ਦੀ ਸ਼ਲਾਘਾ ਕਰ ਰਹੇ ਹਨ, ਦੂਜੇ ਪਾਸੇ ਆਪ ਨੂੰ ਦੇਸ਼ ਭਗਤ ਹਾਲ ਤੋਂ ਮੁੱਖ ਮੰਤਰੀ ਦੇ ਦਫ਼ਤਰ ਤੱਕ ਜਾ ਕੇ ਮੈਮੋਰੈਂਡਮ ਦੇਣਾ ਪੈਂਦਾ, ਮਾਰਚ ਕਰਨੀ ਪੈਂਦੀ ਹੈ। ਸਾਡੇ ਮੁਲਕ ਦਾ ਦੁਖਾਂਤ ਆ ਜੀ, ਇਹ ਸਾਰਾ ਕੁਝ ਹੁਣ ਪ੍ਰਸ਼ਾਸਨ ਵੀ ਸਮਝਦਾ, ਸਰਕਾਰਾਂ ਵੀ ਸਮਝਦੀਆਂ, ਪਰ ਹਜੇ ਤੀਕਰ ਵੀ ਇਹ ਜੋ ਕਾਲਾ ਸਿੰਘਿਆ ਟ੍ਰੇਨ ਜਿਸ ਮਾਰਚ ਦੀ ਤੁਸੀਂ ਗੱਲ ਕਰਦੇ ਆ, ਜਿਹੜਾ ਥੋੜੇ ਪਿਛਲੇ 2 ਸਾਲ ਪਹਿਲਾਂ ਅਸੀਂ 2008 ਦੇ ਵਿੱਚ 22 ਫਰਵਰੀ ਨੂੰ ਅਸੀਂ ਕਾਲਾ ਸਿੰਘਿਆ ਟ੍ਰੇਨ ਨੂੰ ਬੰਨ ਲਾ ਦਿੱਤਾ ਸੀ ਸੰਗਤਾਂ ਦੇ ਸਹਿਯੋਗ ਨਾਲ। ਹਾਂਜੀ, ਉਸ ਵੇਲੇ ਪ੍ਰਸ਼ਾਸਨ ਹਰਕਤ ਚ ਆਇਆ, ਸਾਰੇ ਇਕੱਠੇ ਕੀਤੇ ਤੇ ਸਾਰਿਆਂ ਕੋਲੋਂ ਕਹਿੰਦੇ ਜੀ 1 ਮਹੀਨੇ ਦੇ ਵਿੱਚ ਅਸੀਂ ਇਹਦਾ ਹੱਲ ਕਰ ਦਾਂਗੇ ਤੇ ਪਾਣੀ ਕਾਲਾ ਸਿੰਘਾ ਟ੍ਰੇਨ ਵਿੱਚ ਗੰਦਾ ਨਹੀਂ ਆਊਗਾ। ਹਾਂਜੀ, ਹੁਣ 1-2 ਸਾਲ ਲੰਘ ਚੁੱਕੇ ਆ, ਉਹਨਾਂ ਨੇ ਅਸੀਂ ਮੈਮੋਰੈਂਡਮ ਵੀ ਦੇ ਚੁੱਕੇ ਆ, ਪਿਛਲੇ ਅਪ੍ਰੈਲ ਤੋਂ ਲੈ ਕੇ ਅਸੀਂ ਇੱਕ ਚੇਤਨਾ ਮਾਰਚ ਸ਼ੁਰੂ ਕੀਤਾ ਸੀ ਕਾਲਾ ਸਿੰਘਾ ਟ੍ਰੇਨ ਚਿੱਟੀ ਵੇਈ ਬੁੱਢੇ ਨਾਲੇ ਤੋਂ ਹੋ ਕੇ ਹਰੀਕੇ ਤੋਂ ਪੱਤਣ ਤੋਂ ਹੋ ਕੇ ਰਾਜਸਥਾਨ ਬੀਕਾਨੇਰ ਤੀਕਰ ਗੰਗਾਨਗਰ ਜਾ ਕੇ ਉਹ ਚੇਤਨਾ ਮਾਰਚ ਸਮਾਪਤ ਹੋਇਆ ਸੀ। ਸਾਡਾ ਮਕਸਦ ਸੀਗਾ ਕਿ ਜਿਹੜੀਆਂ ਪਾਣੀਆਂ ਦੀ ਹਾਲਾਤ ਨੂੰ ਆਪ ਜਾ ਕੇ ਦੇਖਿਆ ਜਾਵੇ, ਨਾਲ ਡਾਕਟਰ ਜੀ ਵਰਗ ਪ੍ਰੈਸ ਦੇ ਨੁਮਾਇੰਦੇ ਲੈ ਕੇ ਜੋ ਹਾਲਾਤ ਆ ਦੇਖੋ ਕਿ ਇਹ ਜ਼ਹਿਰਾਂ ਜਿਹੜੀਆਂ ਕਾਲਾ ਸਿੰਘਾ ਟ੍ਰੇਨ ਰਾਹੀਂ, ਫਗਵਾੜਾ ਟ੍ਰੇਨ ਰਾਹੀਂ, ਚਿੱਟੀ ਵੇਈ ਰਾਹੀਂ, ਬੁੱਢੇ ਨਾਲੇ ਰਾਹੀਂ, ਸਤਲੁਜ ਵਿੱਚ ਮਿਲ ਰਹੀ, ਅੱਗੇ ਜਾ ਕੇ ਹਰੀਕੇ ਹੈਡ ਦੇ ਉੱਤੇ ਸਤਲੁਜ ਬਿਆਸ, ਚਾਰੇ 2 ਵਹੀਆਂ ਤੇ 2 ਦਰਿਆਵਾਂ ਦਾ ਪਾਣੀ ਇਕੱਠਾ ਹੋ ਕੇ ਤੇ ਰਾਜਸਥਾਨ ਮਾਲਵਾ ਤੇ ਰਾਜਸਥਾਨ ਦੇ ਬੀਕਾਨੇਰ ਤੋਂ ਅੱਗੇ ਰਾਮਗੜ੍ਹ ਤੀਕਰ ਪਾਓ ਕੇ ਦੁਨੀਆਂ ਦੀ ਸਭ ਤੋਂ ਵੱਡੀ ਇਹ ਨਹਿਰ ਆ, ਹਰ ਕਿਲੋਮੀਟਰ ਦੇ ਵਿੱਚ ਜਿਹੜਾ ਹੈਗਾ ਪਾਣੀ ਸਪਲਾਈ ਹੁੰਦਾ, ਇਹ ਸਾਰੇ ਲੋਕ ਪਾਣੀ ਇਸ ਪਾਣੀ ਨੂੰ ਪੀ ਕੇ ਜਿਉਂਦੇ ਆ। ਇੱਥੋਂ ਤੀਕਰ ਕਿ ਜਿਹੜਾ ਗੁਰਦੁਆਰਾ ਜਿਹੜਾ ਹੈ ਟੁੱਟੀ ਗੰਢੀ ਸਾਹਿਬ ਇਤਿਹਾਸਕ ਗੁਰਦੁਆਰਾ ਜਿੱਥੇ ਜਾ ਕੇ ਸਤਿਕਾਰ ਦੇ ਨਾਲ ਅਸੀਂ ਚੀਜ਼ ਚਧਾਉਂਦੇ ਹਾਂ, ਪਰ ਸਰੋਵਰਾਂ ਦੇ ਵਿੱਚ ਵੀ ਇਹ ਗੰਦ ਜਿਹੜਾ ਪਾਣੀ ਜਾ ਰਿਹਾ ਉਹਦੇ ਵਿੱਚ ਵੀ ਬੁੱਢਾ ਨਾਲਾ ਕਾਲਾ ਸਿੰਘਾ ਡਰੇਨ ਚਿੱਟੀ ਵੇਈ ਦਾ ਗੰਦਾ ਪਾਣੀ ਰਲਿਆ ਹੋਇਆ। ਸੋ ਬਾਬਾ ਜੀ 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 ਪਾਣੀਆਂ ਦੇ ਨਾਲ ਸਾਰੀਆਂ ਜਲਚਰ ਜੀਵ ਖਤਮ ਹੋ ਚੁੱਕੇ ਆ। ਅੱਜ ਜਿਹੜਾ ਰਾਜ ਮਾਲਵੇ ਦੇ ਵਿੱਚ ਇੰਨਾ ਜਿਹੜਾ ਹੈਗਾ ਇਸ ਪਾਣੀ ਪੀਣ ਦੇ ਨਾਲ ਕੈਂਸਰ ਤੇ ਕਾਲਾ ਪੀਲੀਆ ਵੱਧ ਚੁੱਕਾ, ਪਿਛਲੇ 3 ਸਾਲਾਂ ਦੇ ਵਿੱਚ 4,000 ਲੋਕ ਮੁਕਤਸਰ ਦੇ ਵਿੱਚ ਜਿਹੜਾ ਹੈ ਇਕੱਲੇ ਕੈਂਸਰ ਦੇ ਨਾਲ ਮਰ ਚੁੱਕੇ। ਬਿਲਕੁਲ ਬਠਿੰਡੇ ਤੋਂ ਟ੍ਰੇਨ ਚੱਲਦੀ ਹੈ ਜਿਸ ਨੂੰ ਕੈਂਸਰ ਟ੍ਰੇਨ ਕਹਿੰਦੇ ਆ, ਸਾਰੇ ਕੈਂਸਰ ਦੇ ਮਰੀਜ਼, ਕਿਉਂਕਿ ਬੀਕਾਨੇਰ ਦੇ ਵਿੱਚ ਇੱਕ ਹਸਪਤਾਲ ਆ ਕੈਂਸਰ ਦਾ, ਬਿਲਕੁਲ ਸਾਰੇ ਉਹ ਟ੍ਰੇਨ ਦਾ ਨਾਂ ਹੀ ਕੈਂਸਰ ਟ੍ਰੇਨ ਰੱਖਿਆ ਗਿਆ। ਅਸੀਂ ਉਸ ਹੋਸਪਿਟਲ ਵਿੱਚ ਵੀ ਜਾ ਕੇ ਆਏ, ਉੱਥੇ ਜਾ ਕੇ ਡਾਕਟਰਾਂ ਨੂੰ ਵੀ ਮਿਲੇ ਤੇ ਉਹਨਾਂ ਨੇ ਦੱਸਿਆ ਕਿ ਹਰ ਸਾਲ ਅਸੀਂ ਨਵੇਂ ਜਿਹੜੇ ਹੈਗੇ ਆ 6,000 ਮਰੀਜ਼ ਦਾਖਲ ਕਰਦੇ ਆ। ਬਾਬਾ ਜੀ ਇਹ ਜਿਹੜੇ ਬਾਹਰ ਦਰਸ਼ਕ ਦੇਖ ਰਹੇ ਹਨ, ਜਿਹੜੇ ਦੁਆਬੇ ਦੇ ਬਹੁਤ ਵੱਡੀ ਗਿਣਤੀ ਵਿੱਚ, ਬਾਬਾ ਜੀ ਬਾਹਰ ਆਪ ਇਸ ਵੇਲੇ ਮੁਖਾਤਬ ਹੋ, ਆਪ ਦੁਆਬੇ ਦੀ ਬਹੁਤ ਵੱਡੀ ਗਿਣਤੀ ਅਮਰੀਕਾ ਦੇ ਵਿੱਚ ਹੈ, ਕੈਨੇਡਾ ਦੇ ਵਿੱਚ ਹੈ, ਜਸ ਪੰਜਾਬੀ ਇਸ ਚੈਨਲ ਦੇ ਰਾਹੀਂ ਆਪ ਸਾਰਿਆਂ ਆਪ ਦੀ ਆਵਾਜ਼ ਸਾਰੇ ਇਸ ਜਗਤ ਦੇ ਇਸ ਹਿੱਸੇ 'ਚ ਪਹੁੰਚ ਰਹੀ ਹੈ, ਅਤੇ ਆਪ ਉਹਨਾਂ ਦੇ ਕੋਲੋਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕੀ ਆਪਣੇ ਵਤਨ ਦੀ ਆਪਣੀ ਮਿੱਟੀ ਦੀ ਕਿਹੜੀ ਯਾਦ ਦਿਵਾਉਣਾ ਚਾਹੁੰਦੇ ਹੋ, ਉਹਨਾਂ ਨੂੰ ਕੀ ਖਾਸ ਸੁਨੇਹਾ ਦੇਣਾ ਚਾਹੁੰਦੇ ਹੋ? ਅਸੀਂ ਉਹਨਾਂ ਨੂੰ ਇਹ ਕਹਿ ਕਿ ਜੋ ਸਾਡੀ ਮਿੱਟੀ ਵੀ ਜ਼ਹਿਰਾਂ ਦੇ ਨਾਲ ਪਲੀਤ ਹੋ ਰਹੀ ਆ ਤੇ ਪਾਣੀ ਵੀ ਜਿਹੜੇ ਹੈਗੇ ਆ ਪਿੰਡ ਸ਼ਹਿਰਾਂ ਦੀ ਸਾਰੀ ਵੇਸਟੇਜ ਜਿਹੜੀ ਹੈਗੀ ਆ ਇੰਡਸਟਰੀਆਂ ਦੀ ਵੇਸਟੇਜ ਨਾਲ ਪਾ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗਦਾ ਜਾ ਰਿਹਾ। ਜੇਕਰ ਅਸੀਂ ਇਸ ਦੁਖਾਂਤ ਨੂੰ ਨਾ ਰੋਕਿਆ
कुदरत दे अगेंस्ट है, पर बाबा जी अखीर दे चिद्दां लगदा है कि जे अगर तुसी अपने मिशन च कामयाब हो गए तो जिवें कहिंदे कलकत्त्यों कोई बंदा उस इलाके चों रहण वाला शहर दे उह बड़े बाज़ार इलाके चों पंजाब आया ते जदों सवेरे सवेरे खेतां च निकलिया ते कहिंदा ये बदबू किस चीज़ दी है, उन्हें कहिंदे जी ये ताज़ी हवा हैगी है, उहदी खुशबू आ रही है। सो ऐसा ना होए कि किधरे उह सानूं बदबू ही लगन लग पवे। सो आपका बहुत बहुत धन्यवाद है कि तुसी इस प्रोग्राम विच आए, और जे अगर कृपा करो थोड़ी देर अगर आप रह सको, असी कोशिश करांगे जे दर्शकों के नाल अगर उन्हां दी गल पता नहीं टैलीफोन मिल सकता है, पर असी कोशिश करांगे आप जी नूं। पर आपका बहुत बहुत धन्यवाद है सारे अदारे जस पंजाबी वालों, इत्थे दे वसनीकां वालों, नवें साल दी ते आ रहे 2 फरवरी नूं आप दे जन्मदिन दी वी आप नूं बहुत बहुत वधाई। ਅਸੀਂ ਸਾਰੇ ਹੀ ਜਸ ਪੰਜਾਬੀ ਦੇ ਦਰਸ਼ਕਾਂ ਸਰੋਤਿਆਂ ਦਾ ਦਿਲੋਂ ਧੰਨਵਾਦ ਸਨਮਾਨ ਕਰਦੇ ਹਾਂ ਤੇ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਪੁਰਬ ਦੀ ਤੇ ਨਵੇਂ ਸਾਲ ਦੇ ਆਗਮਨ ਦੀ ਸਰਬੱਤ ਗੁਰਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਬਹੁਤ ਬਹੁਤ ਧੰਨਵਾਦ। ਅਸੀਂ ਸੋ ਪਿਆਰੇ ਦਰਸ਼ਕੋ, ਅਸੀਂ ਕੋਸ਼ਿਸ਼ ਕਰਾਂਗੇ ਤੇ ਤੁਹਾਡੀਆਂ ਕਾਲਸ ਲਈਏ। ਸੋ ਜਿਵੇਂ ਹਮੇਸ਼ਾ ਬੇਨਤੀ ਕਰੀਦੀ ਹੈ ਕਿ ਤੁਸੀਂ ਕਾਲ ਜ਼ਰੂਰ ਕਰੋ 7187865221 ਦੇ ਉੱਤੇ ਔਰ 7181 ਦੇ ਉੱਤੇ। ਪਰ ਕਾਲ ਕਰਨ ਲੱਗਿਆਂ ਆਪ ਆਪਣੇ ਟੀਵੀ ਦੀ ਆਵਾਜ਼ ਬੰਦ ਕਰ ਦਿਓ ਔਰ ਟੈਲੀਫੋਨ ਟੀਵੀ ਤੋਂ ਥੋੜ੍ਹਾ ਦੂਰ ਲੈ ਜਾਓ ਤਾਂ ਕਿ ਤੁਹਾਡੀ ਗੱਲ ਸਾਡੇ ਤੱਕ ਪਹੁੰਚ ਸਕੇ। ਸੋ ਅਸੀਂ ਆਪਣੀਆਂ ਕਾਲਸ ਲਵਾਂਗੇ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹਾਂਜੀ, ਲਾਂਬਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਜਸਪਾਲ ਸਿੰਘ ਸੰਧੂ ਬੋਲਦਾ ਤੇਰੀ ਸਿੱਖੀ ਆਰਗੇਨਾਈਜੇਸ਼ਨ ਤੋਂ। ਜੀ ਵੀਰ ਜੀ, ਸੰਧੂ ਸਾਹਿਬ, ਬਾਬਾ ਬਲਬੀਰ ਸਿੰਘ ਦੀ ਸਿੱਚੇਵਾਲ ਜੀ ਪੰਜਾਬ ਦੀ ਧਰਤੀ ਤੇ ਉੱਤੇ ਇੱਕ ਐਸੇ ਮਹਾਨ ਸ਼ਖਸੀਅਤ ਤੁਸੀਂ ਕਹੋ ਆਏ ਜੀ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦਾ ਕਰਤਾਰਪੁਰ ਦੀ ਤਾਂ ਸੇਵਾ ਕਰ ਰਹੇ ਨੇ, ਦੂਜਾ ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਉਹ ਰਾਵੀ ਦੇ ਦਰਿਆ ਦੇ ਉੱਤੇ ਬਾਬਾ ਜੀ ਨੇ ਸੇਵਾ ਕਰਨ ਦਾ ਇਹਨਾਂ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਆ ਜੀ। ਤੇ ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਜਿਹੜਾ ਫਿਊਚਰ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਆਉਣਾ ਜੀ। ਜੀ ਜੀ, ਨਹੀਂ ਬਹੁਤ ਕਰੋ, ਪਰ ਇਹ ਕੋਸ਼ਿਸ਼ ਕਰੋ ਕਿ ਬਾਬਾ ਬਲਬੀਰ ਸਿੰਘ ਜੀ ਇਕੱਲੇ ਨਹੀਂ ਬਲਕਿ ਇਹ ਸੰਸਥਾ ਬਣ ਜਾਏ ਤਾਂ ਕਿ ਇਹ ਸਦੀਵੀ ਰੂਪ ਵਿੱਚ ਇਹ ਸਾਰੀ ਮਾਨਵਤਾ ਦੀ ਸੇਵਾ ਕਰ ਸਕੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਹੈਲੋ ਹੈਲੋ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ? ਹਾਂਜੀ, ਰਜਿੰਦਰ ਸਿੰਘ ਬੋਲ ਰਹੇ ਜੀ, ਇੰਡੀਆਨਾ ਤੋਂ। ਹਾਂਜੀ ਵੀਰ ਜੀ, ਰਜਿੰਦਰ ਸਿੰਘ ਜੀ। ਹਾਂਜੀ, ਮੇਰੇ ਕੋਲ ਇੱਕ ਕੁਐਸਚਨ, ਚਲੋ ਆ ਮੁੱਦੇ ਦੇ ਵਿੱਚ ਤਾਂ ਨਹੀਂ ਹੈਗਾ ਪਰ ਥੋੜੀ ਜਿਹੀ ਗੱਲ ਪੁੱਛਣੀ ਚਾਹੁੰਦਾ ਵਾ ਜੀ। ਮੁੱਦੇ ਬਾਰੇ ਕਰੋ ਤੇ ਜ਼ਿਆਦਾ ਚੰਗਾ, ਸਮਾਂ ਘੱਟ ਹੁੰਦਾ ਹੈ ਕਿਉਂਕਿ ਇਤਨ ਗੱਲ ਹੈਗੀ ਆ। ਪਰ ਤੁਸੀਂ, ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਵੇਂ ਜਸਟ ਪੰਜਾਬੀ ਨੇ ਚੈਨਲ ਇੱਕ ਹੋਰ ਕੱਢਿਆ ਹੈਗਾ ਜੀ, ਸਿਰਫ ਹਿੰਦੂ ਨੂੰ ਸਿੱਖਾਂ ਨੂੰ ਹਿੰਦੂ ਬਣਾਉਣ ਵਾਸਤੇ ਕੱਢਿਆ ਜਾਂ ਹਿੰਦੂਆਂ ਨੂੰ ਸਿੱਖ ਬਣਾਉਣ ਵਾਸਤੇ ਕੱਢਿਆ? ਨਾ ਤਾਂ ਕਿਸੇ ਨੂੰ ਸਿੱਖਿਜ਼ਮ ਇਸ ਗੱਲ ਵਿੱਚ ਬਿਲੀਵ ਹੀ ਨਹੀਂ ਕਰਦਾ, ਯਕੀਨ ਹੀ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ, ਅਸੀਂ ਤੁਸੀਂ ਸਵਾਲ ਵੀਰ ਜੀ, ਤੁਸੀਂ ਸਵਾਲ ਪੁੱਛ ਲਿਆ, ਜਵਾਬ ਚਾਹੀਦਾ ਹੈ ਕਿ ਤੁਸੀਂ ਆਪਣੀ ਗੱਲ ਕਰਨੀ ਹੈ? ਜੇ ਤੁਸੀਂ ਸਵਾਲ ਪੁੱਛਿਆ ਤੇ ਮੈਨੂੰ ਜਵਾਬ ਦੇਣ ਦਿਓਗੇ ਕਿ ਤੁਸੀਂ? ਹਾਂ, ਸੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਦੇਸ਼ ਹੈ, ਆਸ਼ਾ ਹੈ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ,
ਇਹ ਉਸਦੇ ਨਾਲ ਕੋਈ ਤਲਕ ਨਹੀਂ ਹੈ। ਉਹ ਜਸ ਵਨ ਇੱਕ ਅਧਿਆਤਮਕ ਚੈਨਲ ਬਿਲਕੁਲ ਵੱਖਰਾ ਹੈ। ਜਸ ਪੰਜਾਬੀ ਆਪਣੇ ਨਿਸ਼ਾਨੇ, ਆਪਣੇ ਮਕਸਦ, ਆਪਣੀ ਤੌਰ ਵਿੱਚ ਇਸ ਤਰ੍ਹਾਂ ਚੱਲਦਾ ਰਹੇਗਾ। ਬਹੁਤ ਬਹੁਤ ਧੰਨਵਾਦ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ? ਲਾਂਬਾ ਸਾਹਿਬ, ਮੈਂ ਲਾਂਬਾ ਬੋਲ ਰਿਹਾ ਜੀ, ਗੁਰਚਰਨਜੀਤ ਸਿੰਘ। ਹਾਂਜੀ, ਮੈਂ ਇੱਥੋਂ ਮੱਖਣ ਸਿੰਘ ਬੋਲਦਾ ਜੀ, ਇੱਥੋਂ ਆਪਣੇ ਆਪਣੇ ਰਾਡੋ ਸਟੇਟ ਤੋਂ, ਡੈਰਮਲ ਤੋਂ। ਹਾਂਜੀ ਵੀਰ ਜੀ, ਤੇ ਇਹ ਸੰਤ ਬਲਵੀਰ ਸਿੰਘ ਸੀਚੇ ਵਾਲੀ, ਸਾਡੇ ਜਦੋਂ ਇਹ ਕਾਲੇ ਵਾਲੀ ਬੇਣੀ ਬੇਈ ਨੂੰ ਬੰਨ ਲਾਇਆ ਤੇ ਮੈਂ ਉੱਥੇ ਨਾਲ ਸੀ ਉਦੋਂ ਜੀ। ਹਾਂਜੀ, ਬੜਾ ਇਹਨਾਂ ਦੀ ਇਹਨਾਂ ਪਾਣੀ ਦੇ ਸਾਡੇ ਬਹੁਤ ਇਹਨਾਂ ਸੜਕਾਂ ਦਾ ਬੜਾ ਕੰਮ ਕੀਤਾ ਇਹਨਾਂ ਜੀ। ਜੀ 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 ਹਾਂਜੀ, ਇਹਨਾਂ ਨੂੰ ਬਹੁਤ ਅੱਛੇ ਇਨਸਾਨ ਆ, ਬਹੁਤ ਅੱਛੇ ਇਨਸਾਨ ਆ। ਜੀ 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 ਜੀ, ਠੀਕ ਹੈ। ਨਹੀਂ, ਬਹੁਤ ਅੱਛੀ ਗੱਲ ਹੈ। ਦੇਖੋ, ਅਗਰ ਕੋਈ ਇਦਾਂ ਦੇ ਕੰਮਾਂ ਵਿੱਚ ਵੀ ਅਗਰ ਸਮਾਜਿਕ ਧਾਰਮਿਕ ਵਿਅਕਤੀ ਅਗਰ ਅੱਗੇ ਆਉਣ ਤਾਂ ਇਹ ਬਹੁਤ ਵੱਡੀ ਗੱਲ ਹੈ ਔਰ ਇੱਕ ਪ੍ਰੇਰਣਾ ਸਰੋਤ ਬਣ ਸਕਦੀ ਹੈ। ਸਾਡੀ ਜਿਹੜੀ ਬੇਈ ਆ ਸਾਡੇ ਪਿੰਡ ਦੇ ਵਿੱਚ ਦੀ ਕੋਲ ਦੀ ਜਾਂਦੀ ਸਾਡੇ ਜੀ ਇਹ। ਹਾਂਜੀ ਹਾਂਜੀ ਹਾਂਜੀ, ਚਮਿਆਰਾ ਪਿੰਡ ਆ, ਗਾਖਲਾਂ ਗਿੱਲ ਗਾਖਲ ਚਮਿਆਰਾ ਪਿੰਡ ਆ, ਸਾਡੇ ਕੋਲ ਦੀ ਜਾਂਦੀ। ਉੱਥੇ ਰਾਤ ਨੂੰ ਜਦੋਂ ਹਵਾ ਵਗਦੀ ਆ ਸਾਨੂੰ ਉੱਥੇ ਜਿੱਦਾਂ ਕਿਤੇ ਰਹਿਣਾ ਭਾਰੀ ਹੋ ਜਾਂਦਾ ਉੱਥੇ। ਜੀ, ਚਲੋ, ਚੰਗੀ ਗੱਲ ਹੈ ਨਾ, ਤੁਹਾਨੂੰ ਆਪਣੇ ਵਤਨ ਦੀ ਯਾਦ ਆਈ, ਮਿੱਟੀ ਦੀ ਕੁਛ ਯਾਦ ਆਈ, ਤੁਸੀਂ ਉਸ ਦੀ ਗੱਲ ਕਰ ਸਕੇ। ਜੀ, ਤੇ ਬੜੇ ਚੰਗੇ ਅੱਛੇ ਲੋਕ ਆ ਜੀ, ਇਹ ਬਹੁਤ ਚੰਗੇ। ਬਾਕੀ ਤੁਸੀਂ ਇਹਦੀਆਂ ਗੱਲਾਂ ਕਰਦੇ ਨੇ, ਸੁਣਦੇ ਹੋ ਨੇ, ਅਸੀਂ ਬਸ ਜਿਹੜੇ ਇਹੀ ਗੱਲ, ਸੱਚੇ ਬੰਦੇ ਥੋੜੇ ਮਿਲਦੇ ਆ ਤੁਹਾਡੀਆਂ ਗੱਲ ਤੱਕ ਗੱਲਾਂ ਕਰਨ ਵਾਲੇ, ਨਹੀਂ ਤਾਂ ਬੰਦੇ ਐਵੇਂ ਗੱਪਾਂ ਮਾਰੀ ਜਾਂਦੇ ਰਹਿੰਦੇ ਜੀ। ਚਲ, ਬਹੁਤ ਬਹੁਤ ਧੰਨਵਾਦ। ਓਕੇ, ਥੈਂਕ ਯੂ। ਹੈਲੋ, ਹੈਲੋ, ਹਾਂਜੀ ਵੀਰ ਜੀ, ਕੌਣ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਮੈਂ ਸਮੀਪ ਸਿੰਘ ਬੋਲ ਰਿਹਾ ਡੇਟਨ ਓਹਾਇਓ ਤੋਂ। ਹਾਂਜੀ ਹਾਂਜੀ ਵੀਰ ਜੀ, ਮੈਂ ਜੀ ਦੋ ਗੱਲਾਂ ਕਹਿਣੀ ਚਾਹਾਂਗਾ ਕਿ ਜਿਸ ਤਰ੍ਹਾਂ ਉਹਨਾਂ ਨੇ ਵੀ ਕਿਹਾ ਬਾਬਾ ਜੀ ਨੇ ਕਿ ਪਵਨ ਗੁਰੂ ਪਾਣੀ ਪਿਤਾ ਜੀ, ਇਸੇ ਤਰ੍ਹਾਂ ਜਦ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ, ਇਸ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਵਸਾਇਆ ਜੀ, ਤੇ ਉਸੇ ਵਿੱਚ ਹੀ ਜਿਹੜੀ ਸੇਵਾ ਦੀ ਜਿਹੜੀ ਮਹੱਤਤਾ ਹੈਗੀ ਹੈ ਸਾਡੀ। ਹਾਂਜੀ ਹਾਂਜੀ, ਹੁਣ 2003 ਵਿੱਚ ਅੰਮ੍ਰਿਤਸਰ ਕਲਚਰਲ ਫੈਸਟੀਵਲ ਹੋਇਆ ਸੀ ਤੇ ਉਸ 'ਚ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਕਿ ਕਹਿੰਦੇ ਬੜੇ ਦੁਖਾਂਤ ਦੀ ਗੱਲ ਹੈ ਕਿ ਜਿਹੜੀ ਸੇਵਾ ਭਾਵਨਾ, ਜਿਹੜੀ ਸਾਡੀ ਪਾਣੀ ਦੀ ਸੇਵਾ ਹੋ ਗਈ, ਧਰਤੀ ਦੀ ਸੇਵਾ ਹੋ ਗਈ, ਜਿਹੜੀ ਸਾਰੀਆਂ ਸੇਵਾ ਸੀ, ਕਈ ਸਿੱਖੀ ਵਿੱਚ ਜਿਸ ਤਰ੍ਹਾਂ ਗਿੱਲੀ ਸੇਵਾ ਸੀ, ਪਾਣੀ ਦੀ ਸੇਵਾ ਕਹਿ ਸਕਦੇ ਆ ਜਿਹੜੀ ਆਪਾਂ ਦਰਬਾਰ ਕਰਦੇ ਹਾਂ, ਬੜੇ ਅਨਫੋਰਚੁਨੇਟ ਹੈਗੇ ਆ ਕਿ ਜਿਹੜੀ ਸਾਡੇ ਲੋਕਾਂ 'ਚ ਜਿਹੜੀ ਅਵੇਅਰਨੈਸ ਹੈ ਉਸ ਸੇਵਾ ਦੀ ਸਿਰਫ ਸ੍ਰੀ ਹਰਿਮੰਦਰ ਸਾਹਿਬ ਦੀ ਹੱਦ ਤੱਕ ਰਹਿ ਗਈ ਹੈ। ਅਸੀਂ ਉਹ ਸੇਵਾ ਭਾਵਨਾ ਪੂਰੇ ਸ਼ਹਿਰ ਨੂੰ, ਜਿਸ ਨੂੰ ਅਸੀਂ ਨਗਰੀ ਕਹਿੰਦੇ ਹਾਂ, ਜਿਸ ਨੂੰ ਅਸੀਂ ਸਿਫਤੀ ਦਾ ਘਰ ਕਹਿੰਦੇ ਹਾਂ, ਆਪਣਾ ਸ਼ਹਿਰ ਕਹਿੰਦੇ ਹਾਂ, ਆਪਣਾ ਕਹਿੰਦੇ ਹਾਂ ਜੀ, ਅਸੀਂ ਦਰਬਾਰ ਸਾਹਿਬ ਦੀ ਵਿਦਨ ਵਾਲ ਤੋਂ ਬਾਹਰ ਨਹੀਂ ਖੜ ਸਕਦੇ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਵੀਰ ਜੀ। ਸੋ ਇੱਕ ਛੋਟਾ ਜਿਹਾ ਬ੍ਰੇਕ ਦਾ ਸਮਾਂ, ਸੇਵਾ ਜਿਹੜੀ ਹੈ ਸਭ ਤੋਂ ਪਹਿਲੇ ਸਾਨੂੰ ਘਰ ਤੋਂ ਮਾਂ ਬਾਪ ਦੀ ਸੇਵਾ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਫਿਰ ਅਸੀਂ ਬਾਹਰ ਨਿਕਲੀਏ। ਸੋ ਇੱਕ ਬ੍ਰੇਕ, ਉਸ ਤੋਂ ਬਾਅਦ ਮੁੜ ਹਾਜ਼ਰ ਹਾਂਗੇ। ਜਨਤਾ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਾ ਰਹੇ ਮੁੱਦਾ ਪ੍ਰੋਗਰਾਮ ਵਿੱਚ ਆਪ ਦਾ ਮੁੜ ਸਵਾਗਤ ਹੈ। ਅਸੀਂ ਆਪ ਦੀਆਂ ਕਾਲਸ ਲੈ ਰਹੇ ਹਾਂ, ਸੋ ਆਪ ਸਾਨੂੰ 7187865221 ਦੇ ਉੱਤੇ ਕਾਲ ਕਰ ਸਕਦੇ ਹੋ ਜਾਂ 7181 ਦੇ ਉੱਤੇ, ਅਤੇ ਪਰ ਕਾਲ ਕਰਨ ਲੱਗਿਆਂ ਆਪਣੇ ਟੀ ਵੀ ਦੀ ਆਵਾਜ਼ ਬੰਦ ਕਰ ਦਿਉ ਔਰ ਟੈਲੀਫੋਨ ਨੂੰ ਟੀ ਵੀ ਤੋਂ ਥੋੜ੍ਹਾ ਦੂਰ ਲੈ ਜਾਓ ਤਾਂ ਕਿ ਤੁਹਾਡੀ ਗੱਲ ਸੁਣ ਸਕੇ। ਹੈਲੋ, 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 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਜੀ ਸ਼ਿੰਗਾਰਾ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਤੋਂ, ਬੋਲਡੈਂਡ ਤੋਂ। ਹਾਂਜੀ ਹਾਂਜੀ ਸ਼ਿੰਗਾਰਾ ਸਿੰਘ ਜੀ, ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ। ਹਾਂਜੀ, ਤੇ ਬਾਬਾ ਜੀ ਹੁਣੀ ਬਹੁਤ ਵਧੀਆ ਕੰਮ ਕਰ ਰਿਹਾ ਜੀ। ਸਾਡੀ ਇੱਕ ਰਿਕੁਐਸਟ ਸੀ ਬਾਬਾ ਜੀ ਉਹਨਾਂ ਨੂੰ ਕਿ ਉਸ ਤੋਂ ਥੋੜਾ ਜਿਹਾ ਜਲੰਧਰ ਵਾਲ ਦੇ ਪਾਸੇ ਨੂੰ ਇੱਕ ਗੰਦਾ ਨਾਲਾ ਆ ਕੇ ਜੀ ਸ਼ੇਰ ਭੋਡੇ ਸਪਰਾਵਾਂ ਦੇ ਨਾਲ ਦੀ ਜਾ ਕੇ ਸਾਡੀ ਜ਼ਮੀਨ ਦੇ ਨਾਲ ਦੀ ਜਾ ਕੇ ਬੀਂਚ ਪੈਂਦਾ। ਅੱਛਾ ਜੀ, ਜੇ ਉੱਥੇ ਪ੍ਰੋਜੈਕਟ ਬਾਬਾ ਜੀ ਸ਼ੁਰੂ ਕਰਨ ਤਾਂ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਹੋਊਗੀ ਜੀ। ਤੁਸੀਂ ਇੱਦਾਂ ਕਰੋ, ਸਾਨੂੰ ਇੱਕ ਈਮੇਲ ਜ਼ਰੂਰ ਕਰ ਦਿਓ, ਅਸੀਂ ਤੁਹਾਡਾ ਸੁਨੇਹਾ ਬਾਬਾ ਜੀ ਤੱਕ ਜ਼ਰੂਰ ਪਹੁੰਚਾਵਾਂਗੇ ਤਾਂ ਕਿ ਇਹ ਕੰਮ ਇਹ ਵੀ ਹੋ ਸਕੇ। ਆਪ ਸਾਨੂੰ ਈਮੇਲ ਕਰੋ lamba@jaspunjabi.com ਤੇ ਜਾਂ info@jaspunjabi.com ਤੇ। ਇਸ ਤੋਂ ਇਲਾਵਾ ਹੋਰ ਵੀ ਦਰਸ਼ਕ ਜੋ ਵੀ ਸੁਨੇਹਾ ਦੇਣਾ ਚਾਹਣ, ਉਹ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਜ਼ਰੂਰ ਸਾਨੂੰ ਈਮੇਲ ਕਰੋ ਤਾਂ ਕਿ ਇਹ ਪ੍ਰੋਗਰਾਮ, ਇਹ ਨਹੀਂ ਕਿ ਅਸੀਂ ਇੱਕ ਦਿਨ ਇੱਕ ਘੰਟੇ ਦਾ ਪ੍ਰੋਗਰਾਮ ਕਰ ਦਿੱਤਾ ਗੱਲ ਮੁੱਕ ਗਈ, ਅਸੀਂ ਹਰ ਪ੍ਰੋਗਰਾਮ ਨੂੰ ਇੱਕ ਸ਼ੁਰੂਆਤ ਦੇ ਤੌਰ ਦੇ ਉੱਤੇ ਲੈਣਾ ਜੀ। ਬਹੁਤ ਬਹੁਤ ਧੰਨਵਾਦ, ਜ਼ਰੂਰ ਅਸੀਂ ਭੇਜਾਂਗੇ ਜੀ ਈਮੇਲ ਤੁਹਾਨੂੰ। ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹੈਲੋ, ਯੈਸ, ਹਾਂਜੀ, ਯੂ ਆਰ ਆਨਲਾਈਨ? ਓਕੇ, ਯਾ, ਯੈਸ, ਹੂ ਇਜ਼ देयर? ਅਮਰੀਕ ਸਿੰਘ। ਹਾਂਜੀ ਹਾਂਜੀ, ਅਮਰੀਕ ਸਿੰਘ ਜੀ, ਜੀ ਆਇਆਂ ਨੂੰ ਦੱਸੋ। ਹਾਂਜੀ, ਅਸੀਂ ਤੁਹਾਡਾ ਬਾਬਾ ਜੀ ਦਾ ਪ੍ਰੋਗਰਾਮ ਦੇਖ ਰਹੇ ਸੀਗੇ ਤੇ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਜੀ, ਮੈਂ ਇਹਨਾਂ ਦੇ ਬਾਰੇ ਪਿੱਛੇ ਜੇ ਹੁਣ ਨਿਊਜ਼ ਪੇਪਰ ਚ ਪੜ੍ਹਿਆ ਸੀਗਾ ਜੀ ਜੀ ਤੇ ਜਿਹੜਾ ਕੋਪਨਹੈਗਨ ਦੇ ਵਿੱਚ ਹੋਇਆ ਸੀਗਾ ਉੱਥੇ ਇਹਨਾਂ ਨੇ ਬੜਾ ਹੀ ਚੰਗੀ ਤਰ੍ਹਾਂ ਨਾਲ ਮਤਲਬ ਇਸ ਮੁੱਦੇ ਨੂੰ ਰੱਖਿਆ ਉੱਥੇ। ਹਾਂਜੀ,
ਅਸੀਂ ਇਹੀ ਬੇਨਤੀ ਕਰਾਂਗੇ ਜੀ ਇਸ ਤਰ੍ਹਾਂ ਮਤਲਬ ਸਾਰੇ ਇਹ ਸਪੋਰਟ ਰੱਖਣ ਤਾਂ ਜਿਹੜਾ ਸਾਡਾ ਪੰਜਾਬ ਹੈਗਾ ਉਹ ਜਿਵੇਂ ਪਹਿਲਾਂ ਸੀਗਾ ਸਾਫ਼ ਸੁਥਰਾ ਜੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਮਤਲਬ ਸਾਡੇ ਘਰ ਦਾ ਹਾਲ ਇਹ ਹੈ ਕਿ ਸਾਡੇ ਤੇ ਡਿਟੋਲ ਵਿੱਚ ਵੀ ਕੀੜੇ ਪੈ ਗਏ ਆ ਸੋ ਇੰਨਾ ਮਾੜਾ ਹਾਲ ਹੈ ਪੋਲਿਊਸ਼ਨ ਦਾ ਤੇ ਸਾਰੀ ਚੀਜ਼ ਦਾ ਮਿਲਾਵਟ ਦਾ ਸੋ ਤੁਸੀਂ ਜ਼ਰੂਰ ਤੁਹਾਡਾ ਸੁਨੇਹਾ ਬਾਬਾ ਜੀ ਤੱਕ ਦੇਵਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਹੈਲੋ ਹਾਂਜੀ ਭਾਜੀ ਲਾਂਬਾ ਸਾਨੂੰ ਗੱਲ ਕਰ ਬੋਲ ਰਿਹਾ ਜੀ ਮੈਂ ਵੀਰ ਜੀ ਹੁਕਮ ਕਰੋ ਯੂ ਆਰ ਆਨਲਾਈਨ ਹੈਲੋ ਭਾਜੀ ਮੈਂ ਬਾਬਾ ਜੀ ਦੀ ਬੜੀ ਮਿਹਰਬਾਨੀ ਕਰਦਾ ਇਦਾਂ ਦਾ ਕੰਮ ਦੁਨੀਆ ਦੇ ਉੱਪਰ ਕਿਸੇ ਨੇ ਕੀਤਾ ਨਹੀਂ ਹੋਣਾ ਅਜੇ ਤੱਕ ਜੀ ਮੈਂ ਸਵਰ ਸਿੰਘ ਢਿੱਲੋਂ ਬੋਲਦਾ ਜੀ ਬਹੁਤ ਅੱਛਾ ਹਾਂਜੀ ਹੋਰ ਕੋਈ ਖਾਸ ਪ੍ਰੋਗਰਾਮ ਬਾਰੇ ਕਹਿਣਾ ਚਾਹੁੰਦੇ ਹੋ ਜਾਂ ਕੁਛ ਸੁਨੇਹਾ ਦੇਣਾ ਚਾਹੁੰਦੇ ਹੋ ਹਾਂ ਜੀ ਬਾਬੇ ਦੀ ਬੜੀ ਮਿਹਰਬਾਨੀ ਆ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਕੰਮ ਇਹਨੇ ਦੁਨੀਆ ਦੇ ਵਿੱਚ ਕੀਤਾ ਬਹੁਤ ਟੌਪ ਦਾ ਇੱਦਾਂ ਦਾ ਕੰਮ ਕਰ ਹੀ ਨਹੀਂ ਸਕਦਾ ਜੀ ਸਾਡਾ ਪਿੰਡ ਇਹਦੇ ਗੁਆਂਢੀ ਆ ਬਿਲਕੁਲ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀ ਥੈਂਕ ਯੂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਾਂਬਾ ਸਾਹਿਬ ਬੋਲ ਰਹੇ ਹਾਂ ਵੀਰ ਜੀ ਕੌਣ ਬੋਲ ਰਹੇ ਲਾਂਬਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਜੀ ਮੈਂ ਬਿੱਲਾ ਮਿਆਣੀ ਬੋਲ ਰਿਹਾ ਜੀ ਹਾਂਜੀ ਵੀਰ ਜੀ ਉਦੋਂ ਹਾਂਜੀ ਤੇ ਤੁਸੀਂ ਸੰਤਾਂ ਦੇ ਬਾਬਾ ਜੀ ਦੇ ਦਰਸ਼ਨ ਕਰਾਏ ਨੇ ਬੜੀ ਤੁਹਾਡੀ ਮਿਹਰਬਾਨੀ ਸੰਤਾਂ ਦਾ ਬਾਬਾ ਜੀ ਦਾ ਬਹੁਤ ਵੱਡਾ ਉਦਮ ਹੈ ਜੀ ਜਸ ਪੰਜਾਬੀ ਦਾ ਧੰਨਵਾਦ ਹੈ ਉਹਦੀ ਮਿਹਰਬਾਨੀ ਹੈ ਹਾਂਜੀ ਤੇ ਬਾਕੀ ਇਹ ਹੈ ਵੀ ਆਪਾਂ ਤੁਸੀਂ ਵਿਚਾਰ ਕੀਤਾ ਸੀ ਕਲਾਮ ਸਾਹਿਬ ਆਏ ਨੇ ਉਹਨਾਂ ਕੋਲ ਜੀ ਤੇ ਆਪਾਂ ਇਹ ਦਾ ਇੱਕ ਕਹਿ ਸਕਦੇ ਹਾਂ ਕਿ ਉਹਨਾਂ ਕੋਲ ਸਰਦਾਰ ਬਾਦਲ ਸਾਹਿਬ ਜਾਂ ਕੈਪਟਨ ਜਾਂ ਆਪਣੇ ਸ਼੍ਰੋਮਣੀ ਕਮੇਟੀ ਨੇ ਵੀ ਕੋਈ ਬਾਬਾ ਜੀ ਦਾ ਸਾਥ ਨਹੀਂ ਨਹੀਂ ਬਿਲਕੁਲ ਮਿਲਦੇ ਆ ਬਿਲਕੁਲ ਕਰ ਰਹੇ ਆ ਸਹਿਯੋਗ ਦੇ ਰਹੇ ਹੈ ਐਸੀ ਗੱਲ ਨਹੀਂ ਬਾਬਾ ਜੀ ਪੂਰੀ ਤਰ੍ਹਾਂ ਉਸ ਦੇ ਉੱਤੇ ਸੈਟਿਸਫਾਈਡ ਹੈਗੇ ਆ ਸਰਕਾਰ ਵੱਲੋਂ ਹੈਗੇ ਆ ਪਰ ਜਿਵੇਂ ਫਿਰ ਸਰਕਾਰ ਔਰ ਸਰਕਾਰੀ ਤੰਤਰ ਜਿਹੜਾ ਉਹਨਾਂ ਦੋਨਾਂ ਦੇ ਵਿੱਚ ਬੜਾ ਫਰਕ ਹੋ ਜਾਂਦਾ ਹੁਣੇ ਪਿੱਛੇ ਜੇ ਇੱਕ ਪਾਸੇ ਤਾਂ ਬਾਬਾ ਜੀ ਕੋਪਨਹੈਗਨ ਜਾ ਰਹੇ ਆ ਰਾਸ਼ਟਰਪਤੀ ਉਹਨਾਂ ਕੋਲ ਆ ਰਿਹਾ ਪਰ ਬਾਬਾ ਜੀ ਨੂੰ ਮੈਮੋਰੈਂਡਮ ਲੈ ਕੇ ਅਤੇ ਫਿਰ ਉਹ ਡਿਪਟੀ ਕਮਿਸ਼ਨਰ ਕੋਲ ਜਾਣਾ ਪੈਂਦਾ ਸੋ ਇਹ ਬੜੀ ਇੱਕ ਹਾਸੋਹੀਣੀ ਜੀ ਜਾਂ ਇਹ ਸ਼ਾਇਦ ਇੱਦਾਂ ਹੀ ਚੱਲਦਾ ਇਹ ਜਿਹਨੂੰ ਰਾਜਤੰਤਰ ਕਹਿ ਲਓ ਜਾਂ ਡੈਮੋਕ੍ਰੇਸੀ ਕਹਿ ਲਓ ਚਲੋ ਲਾਂਬਾ ਸਾਹਿਬ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਬਾਕੀ ਇੱਕ ਹੋਰ ਦੋ ਗੱਲਾਂ ਤੁਹਾਨੂੰ ਮੈਸੇਜ ਦੇਣੇ ਨੇ ਜੀ ਤੇ ਇੱਕ ਤਾਂ ਅਸੀਂ ਕਹਿੰਦੇ ਵੀ ਜਿਹੜੇ ਆਪਣੇ ਲੈ ਰਹੇ ਰਠੌਰ ਦਾ ਜਿਹੜੇ ਮੈਡਲ ਲੈ ਰਹੇ ਨੇ ਵਾਪਸ ਜਾਂ KPS ਦੇ ਵੀ ਚੱਲ ਪਈ ਗੱਲ ਜੀ ਤੇ ਇਹ ਤੇ ਚਲੋ ਝੂਠੇ ਮੈਡਲ ਨੇ ਤੇ ਆਪਾਂ ਇਹਨਾਂ ਮੈਡਲਾਂ ਨਾਲ ਕੰਪੇਅਰ ਕਰੀਏ ਇਹਦੇ ਦੁਨੀਆਦਾਰੀ ਦੇ ਝੂਠੇ ਮੈਡਲ ਆ ਜੀ ਜਿਹੜੇ ਪੀਰ ਬੁੱਧੂ ਸ਼ਾਹ ਵਰਗੇ ਮੈਡਲ ਨੇ ਉਹ ਦੇਖੋ ਤੁਸੀਂ ਤੇ ਜਾਂ ਆਪਣੇ ਲੱਕੀ ਸ਼ਾਹ ਜਿਹੜੇ ਲੈ ਗਏ ਸੀ ਮਹਾਰਾਜ ਦਾ ਸੀਸ ਜੀ ਜੀ ਤੇ ਉਹ ਦੇਖੋ ਮੈਡਲ ਦੁਨੀਆ ਭਰ ਚ ਰਹਿਣੇ ਤੇ ਮੈਡਲ ਤਾਂ ਜਾਂਦੇ ਹੀ ਰਹਿਣੇ ਆ ਹਾਂਜੀ ਹਾਂਜੀ ਬਿਲਕੁਲ ਪਰ ਉਹਦੇ ਲਈ ਹੈ ਨਾ ਜਿਹਨੂੰ ਉਹਦੀ ਕੀਮਤ ਪਤਾ ਹੋਏ ਹਾਂਜੀ 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 ਬਹੁਤ ਬਹੁਤ ਧੰਨਵਾਦ ਤੁਹਾਡਾ ਓਕੇ ਲਾਂਬਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਹਾਂਜੀ ਤੁਸੀਂ ਲਾਈਨ ਤੇ ਹੋ ਯੂ ਆਰ ਔਨ ਲਾਈਨ ਹਾਂਜੀ ਸਤਿ ਸ਼੍ਰੀ ਅਕਾਲ ਲਾਂਬਾ ਸਾਹਿਬ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਜੀ ਮੈਂ ਸਰਬਲ ਸਿੰਘ ਕਾਲਾ ਸੰਘਿਆ ਤੋਂ ਹੀ ਬੋਲਦਾ ਜੀ ਵਾਹ ਵਾਹ ਕਮਾਲ ਹੋ ਗਈ ਜੀ ਵੈ ਮੈਂ ਨਿਊਯਾਰਕ ਤੋਂ ਵੈਸੇ ਤਾਂ ਬਾਬਾ ਕਾਨ ਦਾਸ ਦੀ ਘਰ ਤੋਂ ਬੋਲ ਰਿਹਾ ਜੋ ਸਾਡੇ ਪਹਿਲਾਂ ਗੁਰੂਆਂ ਪੀਰਾਂ ਨੇ ਕੀਤਾ ਜੋ ਬਲਵੀਰ ਸਿੰਘ ਬਾਬਾ ਜੀ ਕਰ ਰਹੇ ਪੂਰੀਆਂ ਜੋ ਕਰ ਰਹੇ ਇਹ ਸਾਰਾ ਕੁਛ ਸਹੀ ਕਰ ਰਹੇ ਆ ਜਿੱਦਾਂ ਵੀ ਤੁਹਾਡਾ ਬਹੁਤ ਬਹੁਤ ਜਾਣੀ ਕਿ ਜਸ ਪੰਜਾਬੀ ਵਾਲਿਆਂ ਦਾ ਸਾਡੇ ਪੱਤਰਾਂ ਨੂੰ ਦਿਖਾਲ ਦਿੱਤਾ ਤੁਸੀਂ ਟੀਵੀ ਦੇ ਵਿੱਚ ਅਸੀਂ ਤੁਹਾਡਾ ਥੈਂਕ ਯੂ ਕਰਦੇ ਹਾਂ ਜੀ ਚਲੋ ਸ਼ੁਕਰੀਆ ਵੀਰ ਜੀ ਬਹੁਤ ਧੰਨਵਾਦ ਹੈਲੋ ਹੈਲੋ ਹਾਂਜੀ ਹਾਂਜੀ ਬੋਲ ਰਹੇ ਹਾਂ ਜੀ ਕੌਣ ਬੋਲ ਰਹੇ ਜੀ ਯੂ ਆਰ ਆਨਲਾਈਨ ਹੈਲੋ ਯੂ ਆਰ ਆਨਲਾਈਨ ਕੌਣ ਬੋਲ ਰਹੇ ਜੀ ਹੈਲੋ ਤੁਸੀਂ ਲਾਈਨ ਦੇ ਉੱਤੇ ਹੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਲੰਬਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਜੀ ਬਲਵੀਰ ਸਿੰਘ ਬਿੰਗ ਬੋਲਦਾ ਜੀ ਟੈਕਸਸ ਤੋਂ ਹਾਂਜੀ ਵੀਰ ਜੀ ਜਿੱਦਾਂ ਬਾਬਾ ਜੀ ਕਹਿੰਦੇ ਜੀ ਸੇਵਾ ਕਰਦੇ ਆ ਉੱਥੇ ਆਪਣੇ ਦਰਿਆਵਾਂ ਨਦੀਆਂ ਵਗੈਰਾ ਦੇ ਸਾਫ਼ ਕਰਨ ਦੀ ਜੀ ਸੇਵਾ ਕਰਨ ਦੇ ਵਿੱਚ ਜਿੱਦਾਂ ਉਹਨਾਂ ਨੂੰ ਥੋੜੀ ਹੈਲਪ ਵੀ ਚਾਹੀਦੀ ਕਿਸੇ ਚੀਜ਼ ਦੀ ਜੀ ਤੇ ਅਮਰੀਕਾ ਦੇ ਵਿੱਚ ਬੈਠੇ ਸਾਰੇ ਸੱਜਣਾਂ ਨੂੰ ਬੇਨਤੀ ਕਰੋਗੇ ਕੁਛ ਨਾ ਕੁਛ ਮਾਇਆ ਦਾਨ ਵੀ ਕਰਨ ਉੱਥੇ ਸੇਵਾ ਕਰਨ ਵਾਸਤੇ ਉਹ ਬਾਬਾ ਜੀ ਨੇ ਤੁਹਾਨੂੰ ਸੁਨੇਹਾ ਦੇ ਹੀ ਦਿੱਤਾ ਹੈ ਕਿ ਸਾਨੂੰ ਮੋਰਲ ਸਪੋਰਟ ਵੀ ਚਾਹੀਦੀ ਹੈ ਵੈਸੇ ਵੀ ਚਾਹੀਦੀ ਹੈ ਪਲੱਸ ਸਭ ਤੋਂ ਵੱਡਾ ਇਹ ਹੈ ਕਿ ਜਦੋਂ ਵੀ ਤੁਸੀਂ ਉਸ ਧਰਤੀ ਦੇ ਉੱਤੇ ਜਾਓ ਤੁਸੀਂ ਉਹਨਾਂ ਦੇ ਕੰਮ ਨੂੰ ਵੇਖੋ ਉਹਦੇ 'ਚ ਤੁਸੀਂ ਖੁਦ ਦੇਖੋ ਕਿ ਕੀ ਯੋਗਦਾਨ ਕੀ ਸਹਿਯੋਗ ਤੁਹਾਡਾ ਪੈ ਸਕਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਜੀ ਜੀ
ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਜੀ ਮੈਂ ਬੋਲ ਰਿਹਾ ਜੀ ਪ੍ਰਿਥਵੀ ਸੋਢੀ ਨਿਮਾਣਾ ਜਾ ਹਾਂਜੀ ਵੀਰ ਜੀ ਹੁਕਮ ਕਰੋ ਜੀ ਸੋਢੀ ਸਾਹਿਬ ਬਸ ਇਹ ਤੁਸੀਂ ਪ੍ਰੋਗਰਾਮ ਤੇ ਬੜਾ ਤੁਹਾਡਾ ਸ਼ਲਾਘਾ ਹੈ ਜੀ ਬਹੁਤ ਤੁਹਾਡੇ ਬੜੀ ਵੰਦਨਾ ਕਰਨੀ ਚਾਹੀਦੀ ਹੈ ਕਿ ਤੁਸੀਂ ਇਹ ਵਜੇ ਸਾਨੂੰ ਮਹਾਂਪੁਰਸ਼ ਨਾਲ ਮਿਲਾਇਆ ਹੈ ਚਲੋ ਜੋ ਵਾਹਿਗੁਰੂ ਨੇ ਜਿੱਦਾਂ ਕਿਰਪਾ ਕਰੇ ਜੀ ਇਹ ਆਪਣੇ ਪ੍ਰੋਗਰਾਮ ਇੱਦਾਂ ਚੱਲਦੇ ਰਹਿਣ ਜਸ ਪੰਜਾਬੀ ਆਪਦੀ ਸੇਵਾ ਵਿੱਚ ਹਾਜ਼ਰ ਰਹੇ ਜੀ ਤੁਹਾਨੂੰ ਇੱਥੇ ਫੰਡ ਬਣਾਉਣਾ ਚਾਹੀਦਾ ਜਿਹੜਾ ਕਿ ਅਸੀਂ ਸਾਰੇ ਪਰਦੇਸੀ ਲੋਕ ਕੁਛ ਉਹਦੇ ਬਾਰੇ ਅਸੀਂ ਅਸਮਰਥ ਹੈਗੇ ਹਾਂ ਉਹ ਤੁਸੀਂ ਦੇਖੋ ਅਤੇ ਬਾਬਾ ਜੀ ਨੂੰ ਦੇਖੋ ਜਾਂ ਖੁਦ ਜਾ ਕੇ ਦੇਖੋ ਜੋ ਕਰਨਾ ਹੈਗਾ ਅਸੀਂ ਤਾਂ ਇਹ ਪ੍ਰੋਗਰਾਮ ਹੀ ਦੇ ਸਕਦੇ ਹਾਂ ਇਹਦੇ ਲਈ ਅਸੀਂ ਆਪਣਾ ਫਰਜ਼ ਕਰ ਸਕਦੇ ਪੰਜਾਬੀ ਦਾ ਕੋਈ ਫੰਡ ਬਣਾਇਆ ਜਾਏ ਤਾਂ ਕਿ ਅਸੀਂ ਆਪਣੇ ਦੇਸ਼ ਦੀ ਕੋਈ ਸੇਵਾ ਜੀ ਤੁਹਾਡਾ ਸੁਝਾਅ ਮੈਨੇਜਮੈਂਟ ਤੱਕ ਦੇ ਦਿੱਤਾ ਜਾਏਗਾ ਸੋ ਸੁਜਵਾਨ ਦਰਸ਼ਕੋ ਅਖੀਰਲੀ ਕਾਲ ਲੈ ਕੇ ਅਸੀਂ ਸਮਾਪਤ ਕਰਾਂਗੇ ਪ੍ਰੋਗਰਾਮ ਨੂੰ ਸਮਾਂ ਖਤਮ ਹੋ ਗਿਆ ਹਾਂਜੀ ਕੌਣ ਬੋਲ ਰਹੇ ਜੀ ਹੈਲੋ 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 ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਅਖੀਰਲੀ ਕਾਲ ਹੈ ਹਾਂਜੀ ਦੱਸੋ ਹੁਕਮ ਕਰੋ ਕੌਣ ਬੋਲ ਰਹੇ ਜੀ ਭਾਈ ਪਹਿਲੇ ਤਾਂ ਤੁਹਾਡਾ ਧੰਨਵਾਦ ਤੁਸੀਂ ਚੈਨਲ ਇਹ ਸ਼ੁਰੂ ਕੀਤਾ ਜੀ ਇੰਨੀ ਜਨਤਾ ਦੇ ਪ੍ਰੋਗਰਾਮ ਪਹੁੰਚਾ ਰਹੇ ਜੀ ਤੇ ਬਾਕੀ ਧੰਨਵਾਦ ਤੁਹਾਡਾ ਜਿਹੜਾ ਬਾਬਾ ਜੀ ਦੇ ਦਰਸ਼ਨ ਹੋ ਰਹੇ ਜੀ 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 ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਪਿਆਰੇ ਦਰਸ਼ਕੋ ਜਿਵੇਂ ਆਪ ਜੀ ਨੇ ਅੱਜ ਦਾ ਪ੍ਰੋਗਰਾਮ ਦੇਖਿਆ ਇਹ ਸਾਡੀ ਲਾਈਫ ਲਾਈਨ ਜੋ ਪਾਣੀ ਜਿਹੜਾ ਜਿਸ ਦੇ ਉੱਤੇ ਸਾਰਾ ਜੀਵਨ ਅਧਾਰਿਤ ਹੈ ਪਰ ਉਹ ਪਾਣੀ ਜਿਸ ਤਰੀਕੇ ਦੇ ਨਾਲ ਇਸ ਧਰਤੀ ਤੋਂ ਪੰਜਾਬ ਦੀ ਉਸ ਪਾਵਨ ਧਰਤੀ ਤੋਂ ਪਲੀਤ ਹੋ ਚੁੱਕਾ ਹੈ ਉਸ ਨੂੰ ਮੁੜ ਸੁਰਜੀਤ ਕਰਨ ਲਈ ਉਸ ਨੂੰ ਮੁੜ ਉਸਦਾ ਉਹ ਰੂਪ ਉਸਦੀ ਉਹ ਪਵਿੱਤਰਤਾ ਬਹਾਲ ਕਰਨ ਲਈ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਦੀ ਜਿਹੜੀ ਇਹ ਸ਼ੁਰੂਆਤ ਹੈ ਇੱਕ ਯੋਗਦਾਨ ਹੈ ਇਹ ਇੱਕ ਬਹੁਤ ਵੱਡਾ ਕਦਮ ਹੈ ਸੋ ਜਸ ਪੰਜਾਬੀ ਨੇ ਆਪਣਾ ਫਰਜ਼ ਪੂਰਾ ਕਰਦਿਆਂ ਆਪ ਤੱਕ ਇਹ ਪ੍ਰੋਗਰਾਮ ਪਹੁੰਚਾਇਆ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਤੁਸੀਂ ਆਪਣੇ ਵਿਚਾਰ ਸਾਨੂੰ ਜ਼ਰੂਰ lamba@jaspunjabi.com ਜਾਂ info@jaspunjabi.com ਦੇ ਉੱਤੇ ਸਾਨੂੰ ਜ਼ਰੂਰ ਈਮੇਲ ਕਰਨੀ ਜਾਂ ਖੱਤ ਲਿਖਣੇ ਇੱਕ ਹੋਰ ਸੂਚਨਾ ਹੈ ਨਵਾਂ ਜਸ ਵਨ ਚੈਨਲ ਜੋ ਜਸ ਪੰਜਾਬੀ ਦਾ ਦੂਸਰਾ ਚੈਨਲ ਹੈ ਜਸ ਵਨ ਉਹ 581 ਡਿਸ਼ ਦੇ ਉੱਤੇ ਅਵੇਲੇਬਲ ਹੈ ਇਸ ਵੇਲੇ ਉਹਦਾ ਪ੍ਰੀਵਿਊ ਵੀ ਚੱਲ ਰਿਹਾ ਹੈ ਉਹ ਵੀ ਦੇਖ ਕੇ ਆਪਨੇ ਆਪਣੇ ਵਿਚਾਰ ਲਿਖਣੇ ਸੋ ਅਗਲੇ ਹਫ਼ਤੇ ਮੰਗਲਵਾਰ ਦੁਬਾਰਾ ਫਿਰ ਜੋ ਹੈ ਮੈਂ ਉਹ ਗਲਤੀ ਕਰ ਗਿਆ ਉਹ ਜਨਤਾ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਇਹ ਮੁੱਦਾ ਪ੍ਰੋਗਰਾਮ ਲੈ ਕੇ ਮੁੜ ਫਿਰ ਆਪਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਈਸਟਰਨ ਟਾਈਮ 8:30 ਵਜੇ ਬਹੁਤ ਬਹੁਤ ਧੰਨਵਾਦ